بسم اللہ الرحمن الرحیم, شروع اللہ کے نام سے جو بڑا مہربان نہایت رحم والا ہے. السلام علیکم. السلام علیکم. میں تو زندگی مارننگ وتھ بابر علی چپڑے تمام ناظرین نو خوش آمدید کہنے ہاں. گڈ مارننگ جی آیا نو اینڈ ویلکم. اور اج میں ایک ایسی گل کرن لگا ناظرین جڑی سانو اکثر بھول جاندی ہے اور اس چیز نو نہیں بھولنا چاہیدا. ایسی کیڑی گل ہے؟ اپنے اس وقت نو جڑا وقت تسی اپنی پچھلی گزری ہوئی زندگی گزارا ہوتا ہے, ایسا وقت جتھے تسی بڑی غربت ویکھی ہوے, ایسا وقت جتھے تسی بڑی مایوسی ویکھی ہوے, ایسا وقت جسے تسی اپنے ان دوستوں کے بڑے قریب ہوو اور اچانک پھر تمہیں جدو اللہ تعالیٰ نواز دیندا ہے, بعض اوقات ایسا بھی ہوندا ہے نا کہ تسی اپنے اس وقت نو اپنے اس دوستوں اپنی ان محفلوں نو اپنے اس اٹھن بیٹھنے نو اپنے ایون کہ اس لباس تک نو بھول جاندے ہو. رب دے کام ناظرین رب ہی جاندا ہے کہ انہیں کس ویلے کیڑے بندے نو امتحان چ پانا ہے, کیونکہ میرے سونے رب نے پوری کائنات چلا رہے ہوں, کلا مینو تانو تے نہیں ویکھ رہے ہو, پوری کائنات دیکھ اور رب العالمین ہے, پورے عالم دا رب ہے, ہر چیز تے انہاں دی نظر ہے, رب العزت دی ہر انسان نو ہر شخص نو ہر چند نو پرند نو ہر اس کیڑے نو جڑے پتھر دے اندر بھی ہے انہوں رسک دے رہے ہیں اور وہ دیکھ رہے ہیں. کہنے دا مقصد صرف انہیں کہ اسی اس وقت دی قدر کریے جس وقت یہ اللہ تعالیٰ نے سانو عزت دیتی ہوئے, کوئی مقام دیتا ہوئے, کسی بھی جگہ کسی بھی لحاظ تو اسی انہاں لوگوں نو یاد رکھیے, انہاں گلاں نو یاد رکھیے جڑی ساڈے کل چے ساڈے نال سن, وہ اج دا حصہ بھی بن سکدیاں نے. ضروری نہیں اودی چ جڑی بریاں گلاں سن انہاں نو مائنس کر کے جڑیاں چنگیاں گلاں سن انہاں نو نال رکھا جا سکدا ہے. انہاں چ تہاڈے دوست احباب تہاڈے ملن والے تہاڈے رشتہ دار تہاڈے ہو سکدا ہے, کئی ہاں تے ایسا بھی ویکھیا کہ اپنے سگیاں نو بھی بھل جاندے نے. ਇੰਜ ਨਹੀਂ ਹੋਣਾ ਚਾਹੀਦਾ. ਇਨਸਾਨ ਤੇ ਕਹਿੰਦੇ ਨੇ ਨਾ ਉਤਾਓ ਚੜਾਓ ਜ਼ਿੰਦਗੀ ਦਾ ਹਿੱਸਾ ਹੈ, ਉਹ ਨਾਲ ਨਾਲ ਯਾਦ ਰੱਖੇ ਬੰਦਾ ਕਿ ਦੇਣ ਵਾਲੀ ਸਿਰਫ ਅੱਲਾਹ ਤਾਲਾ ਦੀ ਜ਼ਾਤ ਹੈ, ਜਿਹੜਾ ਦੇ ਸਕਦਾ ਉਹ ਵਾਪਸ ਲੈ ਵੀ ਸਕਦਾ, ਵਾਪਸ ਲੈ ਵੀ ਸਕਦਾ. ਬਹਰਹਾਲ ਜਿਹੜੀ ਇੱਜ਼ਤ ਮੇਰੀ ਇਹਨਾਂ ਤੇ ਨਾ ਮਹਿਮਾਨਾਂ ਨੇ ਦਿੱਤੀ ਅੱਲਾਹ ਤਾਲਾ ਨੇ, ਉਹ ਤੇ ਬੜੀ ਮਕਾਮ ਦੀ ਗੱਲ ਹੈ ਔਰ ਇਸ ਵਕਤ ਬੜੇ ਖੂਬਸੂਰਤ ਕੰਮ ਕਰ ਰਹੇ ਨੇ. ਮੇਰੇ ਵੈਸੇ ਇੱਕ ਫੇਵਰੇਟ ਅੱਜ ਮਹਿਮਾਨ ਨੇ ਆਪਣਾ ਔਰ ਹਮੇਸ਼ਾ ਤੋਂ ਮੇਰੇ ਫੇਵਰੇਟ ਰਹੇ ਨੇ. ਮੇਰੇ ਫੇਵਰੇਟ ਤੋਂ ਇਲਾਜ ਮੈਨੂੰ ਨਹੀਂ, ਜਿੰਨੇ ਵੱਡੇ ਮਰਜ਼ੀ ਡਾਇਰੈਕਟਰ ਹੋਣ, ਪ੍ਰੋਡਿਊਸਰ ਹੋਣ ਜਾਂ ਜੋ ਟੀ ਵੀ ਦੇ ਹਵਾਲੇ ਨਾਲ ਕੰਮ ਕਰੇ, ਮੇਰੇ ਭਾਈਆਂ ਦੀ ਤਰ੍ਹਾਂ ਉਹਨਾਂ ਦਾ ਤਾਲੁਕ ਹੈ ਔਰ ਮੇਰੇ ਭਰਾਵਾਂ ਤਰ੍ਹਾਂ ਹੀ ਨੇ. ਔਰ ਸਿਰਫ ਡਾਇਰੈਕਟਰ ਜਾਂ ਪ੍ਰੋਡਿਊਸਰ ਦੀ ਹੱਦ ਤੱਕ ਨਹੀਂ, ਉਹ ਸਾਰਿਆਂ ਦੇ ਬਹੁਤ ਹੀ ਬਹੁਤ ਅੱਛੇ, ਇੱਕ ਐਸਾ ਇਨਸਾਨ ਮੈਂ ਇਨਸਾਨ ਦੇ ਹਵਾਲੇ ਨਾਲ ਉਹਨਾਂ ਨੂੰ ਬਿਲਕੁਲ ਇਹ ਲਫ਼ਜ਼ ਉਹਨਾਂ ਨਾਲ ਇਸ ਲਈ ਜੋੜਾਂਗਾ ਕਿ ਉਹ ਭੈੜੇ ਚੰਗੇ ਵਕਤ 'ਚ ਕਦੀ ਆਪਣੇ ਨਾਲ ਖਲੋਤੇ ਨਾਲ ਖਲੋਤਾ, ਕਦੀ ਆਪਣੇ ਪਿਛਲੇ ਵਕਤ ਨੂੰ ਇਹ ਬੰਦਾ ਨਹੀਂ ਭੁੱਲਿਆ ਜਿਹਦਾ ਨਾਮ ਜਰਾਰ ਰਿਜ਼ਵੀ ਹੈ, ਉਹ ਮੇਰੇ ਮਹਿਮਾਨ ਵੀ ਨੇ. ਅੱਛਾ, ਬਾਕੀ ਦੋ ਮਹਿਮਾਨ ਉਹਨਾਂ ਦਾ ਤਾਰੁਫ ਉਹਨਾਂ ਦੇ ਬੈਠਣ ਦੇ ਕਰਾਵਾਂਗਾ. ਇੱਕ ਸਾਡੀ ਮੁਲਤਾਨ ਤੋਂ ਆਈ ਨੇ ਆਰਟਿਸਟ, ਬਹੁਤ ਅੱਛਾ ਕੰਮ ਕਰ ਰਹੇ ਨੇ ਔਰ ਤਕਰੀਬਨ 3.5 ਸਾਲ 'ਚ ਉਹਨਾਂ ਨੇ ਆਪਣਾ ਇੱਕ ਮਕਾਮ ਬਣਾ ਲਿਆ ਔਰ ਮੁਲਤਾਨ ਦੇ ਲੋਕ ਤੁਹਾਨੂੰ ਪਤਾ ਹੈ ਬੜੇ ਖੂਬਸੂਰਤ ਔਰ ਉਹਨਾਂ ਦੀ ਜ਼ੁਬਾਨ ਬੜੀ ਖੂਬਸੂਰਤ ਹੈ. ਮਾਸ਼ਾ ਅੱਲਾਹ, ਸਰਾਇਕੀ 'ਚ ਮੈਂ ਵੀ ਜ਼ਿੰਦਗੀ 'ਚ ਕੰਮ ਕਰ ਰਿਹਾ ਜੀ ਜੀ ਬਿਲਕੁਲ, ਅੱਲਾਹ ਨੇ ਮੈਨੂੰ ਬੜੀ ਇੱਜ਼ਤ ਦਿੱਤੀ ਹੈ, ਸਰਾਇਕੀ ਬੈਲਟ 'ਚ ਵੀ ਬੜਾ ਲੋਕ ਸਰਾਹੁੰਦੇ ਨੇ, ਟੈਲੀਫਿਲਮਾਂ ਵੀ ਕੀਤੀਆਂ ਨੇ ਇਹਨਾਂ ਜੀ ਔਰ ਰੇਡੀਓ 'ਤੇ FM 'ਤੇ RJ ਵੀ ਕੀਤਾ ਇਹਨਾਂ ਨੇ, PTV ਮੁਲਤਾਨ 'ਤੇ ਸੀਰੀਅਲ ਵੀ ਕੀਤੀ ਮਾਸ਼ਾ ਅੱਲਾਹ ਔਰ ਮੁਖਤਲਿਫ ਨਿੱਜੀ ਚੈਨਲਾਂ 'ਤੇ ਇਹਨਾਂ ਨੇ ਕੰਮ ਕੀਤਾ ਹੈ ਔਰ ਫਿਲਮ ਦੇ ਹਵਾਲੇ ਨਾਲ ਵੀ ਇਹਨਾਂ ਨੇ ਮਾਸ਼ਾ ਅੱਲਾਹ ਠੀਕ ਠਾਕ ਫਿਲਮਾਂ ਵੀ ਕਰ ਲਈਆਂ, ਜਿਹਦੇ ਡੌਨ ਡੂਨ ਵੀ ਹੈ ਅਤੇ ਹਾਂ ਅਤੇ ਹੋਰ ਵੀ ਕਾਫੀ ਫਿਲਮਾਂ ਨੇ ਔਰ ਇਸ ਹਵਾਲੇ ਨਾਲ ਗੱਲ ਹੋਏਗੀ. ਦੂਜੇ ਜਿਹੜੇ ਮੇਰੇ ਮਹਿਮਾਨ ਨੇ ਮਾਸ਼ਾ ਅੱਲਾਹ, ਉਹ ਮਾਡਲਿੰਗ ਵੀ ਕੀਤੀ ਉਹਨਾਂ ਨੇ ਔਰ ਟੈਲੀਫਿਲਮਸ ਵੀ ਕੀਤੀਆਂ ਨੇ ਔਰ ਫਿਲਮ ਦੇ ਹਵਾਲੇ ਨਾਲ ਉਹਨਾਂ ਦਾ ਜਿਹੜਾ ਕ੍ਰੈਡਿਟ ਰਿਹਾ ਦਿਲ ਕਿਆ ਕਰੇ ਸ਼ਾਹ ਜੀ, ਉਹਨਾਂ ਨੇ ਟਾਈਟਲ ਕੀਤਾ ਮਾਸ਼ਾ ਅੱਲਾਹ ਬਾਜ਼ਾਰ ਖੁੱਲ੍ਹਾ ਰੱਖਣਾ ਔਰ PTV 'ਚ ਆਪਣਾ ਫੈਸਲਾ ਔਰ ਸੂਰਜ ਮੁਖੀ ਔਰ ਬਹੁਤ ਸੇ ਹਿੱਟ ਸੀਰੀਅਲ 'ਚ ਉਹਨਾਂ ਨੇ ਕੰਮ ਕੀਤਾ ਹੈ. ਤਿੰਨੋਂ ਮਹਿਮਾਨ ਇਸ ਬ੍ਰੇਕ ਤੋਂ ਬਾਅਦ ਸਾਡੇ ਨਾਲ ਮੌਜੂਦ ਹੋਣਗੇ. ਬਿਲਕੁਲ, ਅਸੀਂ ਬ੍ਰੇਕ 'ਤੇ ਜਾ ਰਹੇ ਹਾਂ ਅਤੇ ਬ੍ਰੇਕ ਤੋਂ ਬਾਅਦ ਆਪਣਾ ਦੀ ਇਸ ਮਾਰਨਿੰਗ ਟ੍ਰਾਂਸਮਿਸ਼ਨ 'ਤੇ ਤੁਹਾਡੇ ਨਾਲ ਹੋਵਾਂਗੇ. ਪਲੀਜ਼ ਟੇਕ ਅ ਬ੍ਰੇਕ. ویلکم بیک ناظرین, اسی آ گئے ہیں بریک تو واپس اور تینوں مہمان ساڈے نال موجود نے. میں تعارف کراندا جاواں,
सना मलिक ने साडे नाल जरा रिजवी साहब और इमरान खान मैं वेलकम करना इन्होंने अस्सलाम वालेकुम वालेकुम अस्सलाम अस्सलाम वालेकुम दोबारा कहें वालेकुम वालेकुम अस्सलाम एक आवाज में क्या बात है वालेकुम अस्सलाम और कमाल लग रहे हैं कमाल ही लग रहे हैं आप तो कमाल ही लग रहे हैं नहीं आप लोगों के आगे तो कुछ भी नहीं लग रहा अरे ऐसे तो ना कहें क्या मैच कलर किए दोनों ने आज तो कमाल कर दिया इत्तफाकन हो गया ऐसे कोई जानबूझ के नहीं कीता सी कहते फिर असी एंड हो गया ना कलर कॉम्बिनेशन सना मलिक से मिलवा दिया जगह हो गया मुल्तानी सना है तो आ गई हैं की एक्ट्रेस सना मलिक है आपको मैं वेलकम कहता हूं थैंक यू सो मच की हाल है ते मुल्तान ते माशाल्लाह तुसी स्टार्ट लिया मुल्तान दे सीरियल कीते तुसी पीटीवी मुल्तान तो तुसी बकायदा पीटीवी मुल्तान ते बिल्कुल बकायदा पीटीवी मुल्तान तो मैं काम कीता है सीरियल भी कीता उत्थे प्रोग्राम भी कीता नाले मैं रेडियो पाकिस्तान मेरी जड़ी बेस है और रेडियो पाकिस्तान है बहुत तो मैं कभी भी नहीं बोल सकती और है बड़ी अच्छी गल है जिंदी रेडियो पाकिस्तान तो हुई है ना शुरुआत वो इंसान बेस जड़ी इतनी परफेक्ट हो जिते मार नहीं खा सकता जरार भाई तुम्हें पता है कि जिन्ने भी उतरे रेडियो किन्ना पीटीवी दा भी और रेडियो दा दोनों यार सारे दा ही है लेकिन उन्ना दा हाली माशाल्लाह उस्ताद अब्बा तुसी बेशुमार फिल्मा करे हो उस हवाले नाल भी गल करांगे अब तो लग रहा है जंप मार के इमरान खान में जा रहे हैं बीच में जेरी को हमने जरा कर दिया यार भाई देखो कह देना कर दे बंदे ने गली में इन्होंने सी गल कोई गल की दाल वो क्या कहते हैं घर की मुर्गी दाल बराबर घर की मुर्गी दाल बराबर गली में सादा की बैठे लेकिन ऐसा नहीं है ऐसा नहीं है जी बड़ा इनदे क्रेडिट है और अच्छा इमरान खान दे हवाले नाल गल करांगा माशाल्लाह इमरान बड़े कम अरसे तुसी शाह जी का भी टाइटल कर लिया बिल्कुल की जिथे अपना अच्छा मैं एक चीज़ बड़ी गौर नाल मेरी ऑब्जर्व की थी इमरान दे वाले नाल बहुत कम आर्टिस्ट ऐसे होंगे ना जिहड़ा वोकल जिहड़ा ना आवाज़ बंद करो तो आवाज़ एक महसूस होंगी है और अल्लाह ताला ने तुहानू अता की आवाज़ बिल्कुल और तुसी बड़ा अच्छा तुहाडा वोकल बहुत अच्छा है बहुत अच्छा, अच्छा की वजह है कि तुसी बहुत ज़्यादा कम नहीं कर रहे हो पहले तो मैंने दसो कम मैं असल च 2 साल हुए ना मैं कम मतलब बिल्कुल ब्रेक ले रहा सी वो इस वास्ते कि मेरी स्टडीज़ का मसला सी मैं हुणी मास्टर्स कंप्लीट किया अपना कराची सर्विस तो और मीडिया और मीडिया साइंस किया फिल्म मेकिंग और फिल्म प्रोडक्शन अच्छा वेरी गुड और दोबारा हूँ कम स्टार्ट किया अच्छा तो वो 2 साल का जो गैप है ना इतने तो 2 दिन का गैप 2 महीने का गैप बड़ा लंबा हो जाता है बड़ा लक्की गल है अपनी एजुकेशन कंप्लीट की और अपने हवाले अच्छा मैं पूछना चाह रहा कि फिल्मा कीतिया ने शाह जी भी की अपना अपना एक फिल्म होर बड़ी मशहूर थोड़ी दिल क्या करे दिल क्या करे मुख्तलिफ हीरो नाल भी तुसी काम कीता बाद मैं नामा के हवाले नाल जरार भाई है जिहड़े नाम मैं सुन रहा विच ते बड़े अच्छे नाम आए लेकिन कुछ बोल्ड नाम आए ने जिवें बाजार खुला रखना चलो ये एक एक जू माने गुनाहों की बस्ती ते ऐते चलो कुछ हद तक कुछ अब तो नाम इमरान कुछ ऐसे आ गए हैं कि खैर आपका नाम तो खैर हमारे एक पाकिस्तान की इस वक्त बहुत बड़ी पीटीआई के जो शख्सियत है हमारे इमरान खान साहब से भी होता है तो काम भी वैसे ही करने हैं आपने काम यहो जे नहीं करने कि तुसी ऐसी कहिए कि यार एक ही कर देता इमरान का की है इमरान जब भी नाम आता है मेरे आइडियल हमेशा तुसी रहे हो और मैं इंशाल्लाह कोशिश कराया कि मैं ऐसा ही काम करा और इंशाल्लाह चलो अल्लाह ताला तुहानू इज्जत देवे और बिल्कुल क्योंकि इंसान अपने जड़े ना कह लो कि कम दी वजह नाल और तुसी अपने
ਚੈਲੰਜਸ ਐਸੇ ਲੈਂਦੇ ਹੋ ਜ਼ਿੰਦਗੀ 'ਚ ਬਿਲਕੁਲ ਕਿ ਚੈਲੰਜ ਲੈ ਕੇ ਤੁਸੀਂ ਕੰਮ ਜਦੋਂ ਕਰਦੇ ਹੋ ਤਾਂ ਰੱਬੋ ਨੇ ਤੁਹਾਨੂੰ ਬੇਪਨਾਹ ਔਰ ਬੇਪਨਾਹ ਪਜ਼ੀਰਾ ਹੀ ਮਿਲੇਗੀ ਤੁਹਾਨੂੰ। ਅੱਛਾ ਮੈਂ ਜਰਾਰ ਭਾਈ ਵਾਲਾ ਨਾ, ਜਰਾਰ ਭਾਈ ਸਨ ਆਫ ਪਾਕਿਸਤਾਨ ਆਈ ਚਲੀ ਗਈ, ਉਹ ਐਨ ਜੀ ਆਈ ਐਨ ਜੀ ਚਲੀ ਗਈ, ਪਰਵਾਹ ਨਹੀਂ ਕੀਤੀ ਤੁਸੀਂ ਇਸ ਗੱਲ ਦੀ, ਤੁਸੀਂ ਫਿਰ ਵੀ ਆਪਣੇ ਮਾਲਿਕ ਤੇ ਫਿਰ ਵੀ ਤੁਸੀਂ ਅੱਲਾ ਦਾ ਸ਼ੁਕਰ ਬਹੁਤ ਤਨਕੀਦ ਦੀ ਸਾਹਮਣਾ ਵੀ ਤੁਸੀਂ ਕੀਤਾ, ਬਹੁਤ ਬਹੁਤ ਤਲਖ ਸਵਾਲ ਇਹਨਾਂ ਨੇ ਫੇਸ ਕੀਤੇ। ਮੈਂ ਸਭ ਤੋਂ ਪਹਿਲੇ ਤਾਂ ਉਹ ਤੁਹਾਡੀ ਇਹ ਜੁਰਤ ਔਰ ਤੁਹਾਡਾ ਇਹ ਜਿਹੜੀ ਜਿਹੜਾ ਜਜ਼ਬਾ ਹੈ ਨਾ, ਇਹਦੇ ਬਾਰੇ ਦੱਸੋਗੇ ਕੀ ਤੁਸੀਂ ਉਹਦੇ ਤੋਂ ਬਾਅਦ ਤੁਸੀਂ ਫਿਰ ਜਹਾਂਬਾਜ਼ ਉਹਨੂੰ ਅਨਾਊਂਸ ਕਰਤਾ? ਅਸਲ ਮੈਂ ਮੇਰੇ ਜ਼ਹਿਨ ਮੈਂ ਜਾਂ ਬਚਪਨ ਸੇ ਸਮਝ ਲਿਆ, ਮੈਂ ਰਿਆਜ਼ ਸ਼ਾਹਿਦ ਔਰ ਖਲੀਲ ਕੈਸਰ ਸਾਹਿਬ ਕੀ ਫਿਲਮ ਦੇਖਤਾ ਤਾਂ ਉਨਕੋ ਰੂਹਾਨੀ ਉਸਤਾਦ ਹੀ ਮਾਨਤਾ ਹੂੰ ਔਰ ਉਨ੍ਹੀਂ ਵਾਲੇ ਉਨ੍ਹੀਂ ਕੇ ਮਿਸ਼ਨ ਕੋ ਲੈ ਕੇ ਅੱਜ ਤੱਕ ਚੱਲ ਰਹਾ ਹੂੰ ਔਰ ਅਭੀ ਵੀ ਮੇਰੀ ਕੋਸ਼ਿਸ਼ ਹੈ ਕਿ ਜਾਂਬਾਜ਼ ਮੈਂ ਉਹੀ ਚੀਜ਼ਾਂ ਨਜ਼ਰ ਆਏ ਜੋ ਸਨ ਪਾਕਿਸਤਾਨ ਮੇਂ ਥੀ, ਮਗਰ ਉਹ ਕਿਉਂਕਿ ਰਿਲੀਜ਼ ਗਲਤ ਹੋਈ ਥੀ ਮੁਹਰਮੋਂ ਮੇਂ ਪ੍ਰੋਡਿਊਸਰ ਕੀ ਜਲਦਬਾਜ਼ੀ ਸੇ। ਮੈਨੂੰ ਯਾਦ ਹੈ ਤੁਸੀਂ ਮਨਾ ਕੀਤਾ ਸੀ ਇਹਨਾਂ ਨੇ ਪ੍ਰੋਡਿਊਸਰ ਨੇ, ਮੈਨੂੰ ਵੀ ਬੁਲਾਇਆ ਤੇ ਮੈਂ ਚੁੱਕੇ ਮੁਹਰਮਾਂ 'ਚ ਮੈਂ ਬਿਲਕੁਲ ਕੰਮ ਨਹੀਂ ਕਰਦਾ ਤੁਹਾਨੂੰ ਵੀ ਪਤਾ ਹੈ, ਤੇ ਮੈਂ ਵੀ ਇਨਕਾਰ ਕੀਤਾ, ਤੁਸੀਂ ਖੁਦ ਇਨਕਾਰ ਕੀਤਾ, ਲੇਕਿਨ ਪਤਾ ਨਹੀਂ ਸਾਨੂੰ ਜਲਦਬਾਜ਼ੀ ਬਣੀ, ਕਈ ਡੇਟਾਂ ਦੀ ਗਈਆਂ ਸੀ ਇਸ ਲਈ ਉਹਨੂੰ ਲਗਾ ਦਿਓ, ਪਹਿਲਾਂ ਲਗਾ ਦੇ ਉਹ ਪਬਲਿਕ ਆਈ ਨਹੀਂ ਜੋ ਜਿਹੜੀ, ਜਾਂ ਮੈਂ ਸਮਝਦਾ ਪਾਕਿਸਤਾਨ ਕੇ ਆਵਾਮ ਕੋ ਤੋ ਬੁਰੇ ਨਾਮੋ ਕੀ ਪਿਕਚਰ ਸੇ ਤੋ ਤੋਬਾ ਕਰੀ ਲਈ ਉਹਨੂੰ ਦੇਖਣੇ ਸੇ, ਮਗਰ ਅੱਛੇ ਨਾਮ ਕੀ ਵੀ ਫਿਲਮ ਅਗਰ ਨਾ ਦੇਖਣੇ ਤੋ ਬੜੇ ਦੁੱਖ ਕੀ ਬਾਤ ਹੈ। ਲੇਕਿਨ ਇਹ ਬੜੀ ਅੱਛੀ ਗੱਲ ਹੈ ਜੈਰੀ ਕਿ ਮਤਲਬ ਉਹਦੇ ਬਾਵਜੂਦ ਵੀ ਇੱਕ ਹੁੰਦਾ ਨਾ ਬੰਦਾ ਆਪਣੀ ਹਿੰਮਤ ਹਾਰ ਜਾਂਦਾ ਹੈ, ਤੁਸੀਂ ਉਹ ਨਹੀਂ ਹਾਰੇ ਔਰ ਉਹਦੇ ਬਾਵਜੂਦ ਅੱਗੇ ਔਰ ਮੂਵੀਜ਼ ਬਣਾ ਰਹੇ ਹੋ, ਇਹ ਨਹੀਂ ਕਿ ਚਲੋ ਇੱਕ ਮੂਵੀ ਅਗਰ ਨਹੀਂ ਕਾਮਯਾਬ ਹੋ ਸਕੀ ਅਤੇ ਬੰਦਾ ਉੱਥੇ ਸਟੋਪ ਹੋ ਜਾਂਦਾ ਹੈ। ਅਗਰ ਤੁਸੀਂ ਸਾਰੇ ਡਾਇਰੈਕਟਰਸ ਹੀ ਮੇਰੇ ਖਿਆਲ ਤੋਂ ਇਸ ਤਰ੍ਹਾਂ ਕਰਨ ਲੱਗ ਪੈਣ, ਆਪਣੀ ਆਪਣੀ ਜਗ੍ਹਾ ਦੇ ਉੱਤੇ ਅੱਛੀ ਫਿਲਮਸ ਬਣਾਉਣੀਆਂ ਸ਼ੁਰੂ ਕਰ ਦੇਣ, ਨਾ ਵੀ ਬਣਾਉਣ ਅੱਛੀ ਕੋਸ਼ਿਸ਼ ਸ਼ੁਰੂ ਕਰ ਦੇਣ, ਫਿਰ ਬੜੀ ਹੱਦ ਤੱਕ ਇਹ ਇੰਡਸਟਰੀ ਬਿਹਤਰ ਹੋ ਸਕਦੀ ਹੈ। ਔਰ ਇਹ ਵੀ ਮੈਂ ਗੱਲ ਮੈਂ ਜਿੰਨੇ ਵੀ ਮੇਰੇ ਫਿਲਮ ਦੇ ਵਾਲੇ ਨਾਲ ਆਉਂਦੇ ਲੋਕ, ਮੈਂ ਰਿਕੁਐਸਟ ਹੀ ਕਰ ਸਕਣਾ ਔਰ ਮੈਂ ਵੀ ਕਹਿਣਾ ਕਿ ਜਿੱਥੇ ਇੱਕ ਬੰਦਾ ਬੁਰੀ ਫਿਲਮ ਬਣਾ ਰਿਹਾ ਹੈ ਉੱਥੇ ਤਿੰਨ ਚਾਰ ਲੋਕ ਮਿਲ ਕੇ ਇੱਕ ਅੱਛੀ ਬਣਾਓ, ਅੱਛੀ ਫਿਲਮ ਬਣਾਓ। ਅੱਛੀ ਗੱਲ ਹੈ ਔਰ ਮਤਲਬ ਇੱਕ ਚੀਜ਼ ਬਣ ਸਕਦੀ ਹੈ ਅੱਛੀ ਔਰ ਬਣਾ ਵੀ ਸਕਦੇ ਨੇ ਪਾਕਿਸਤਾਨ ਵਿੱਚ ਬਹੁਤ ਅੱਛੇ ਅੱਛੇ ਡਾਇਰੈਕਟਰ। ਮੇਰੇ ਖਿਆਲ ਤੋਂ ਅਗਰ 80-80 ਲੱਖ ਦੇ ਬਜਟ ਦੀ ਪੰਜ ਲੋਕ ਫਿਲਮਾਂ ਅਲੱਗ ਅਲੱਗ ਬਣਾ ਰਹੇ ਔਰ ਉਹ ਕੋਈ ਬਿਜ਼ਨਸ ਨਹੀਂ ਕਰ ਰਹੀ ਫਿਲਮ ਅੱਛੀ ਬਿਜ਼ਨਸ, ਅਗਰ ਚਾਰ ਲੋਕ ਮਿਲ ਕੇ 4-5 ਕਰੋੜ ਦੀ ਅੱਛੀ ਮੂਵੀ ਬਣਾ ਦੇਣ ਤਾਂ ਮੇਰੇ ਖਿਆਲ ਤੋਂ ਸਾਡੇ ਮੁਲਕ ਵਾਸਤੇ ਬੜਾ ਬਿਹਤਰ ਹੈ। ਇੱਕ ਐਸਾ ਆਪਣਾ ਇੱਕ ਐਸੀ ਚੀਜ਼ ਤਸ਼ਕੀਲ ਦਵੋ ਜਿਹਦੇ 'ਤੇ ਤੁਸੀਂ ਬੜੇ ਆਸਾਨੀ ਨਾਲ ਇੱਕ ਐਸੀ ਚੀਜ਼ ਬਣਾ ਸਕਦੇ ਹੋ ਕਿ ਜਿਹਦੇ 'ਤੇ ਅਸੀਂ ਆਵਾਮ ਨੂੰ ਜਵਾਬ ਦੇ ਸਕੀਏ, ਹੁਣ ਆਏ ਜੀ ਅਸੀਂ ਮਿਆਰ ਵੱਲ ਇਕੱਲਾ ਇਕੱਲਾ ਜੇ ਕਿਸ਼ਤੀਆਂ 'ਚ ਬਹਿਣਾ, ਇੱਕ ਹੀ ਕਿਸ਼ਤੀ 'ਚ ਬਹਿ ਜਾਏ, ਸਫਾਈਆਂ ਦਾ ਮੁਨਾਫਕਤੇ ਹੋਏ ਬਹੁਤ ਇੱਕ ਦੂਸਰੇ ਦੇ ਖਿਲਾਫ ਹੈ, ਖਤਮ ਹੀ ਨਹੀਂ ਹੋ ਰਹੇ, ਖਤਮ ਹੀ ਨਹੀਂ ਹੋ ਰਹੀ ਕਿ ਆਜ ਵੀ ਵਹੀ ਹੈ ਸਟੂਡੀਓ ਮੈਂ ਹੋ ਜਾਂ ਰੈਲ ਪਾਰਕ ਮੈਂ ਬੈਠੇਗੇ ਬਾਤੇਂ ਕਰੇਂਗੇ, ਮੈਂ ਜਬ ਇੱਕ ਜਾਏਗਾ ਤਾਂ ਉਸਦੇ ਖਿਲਾਫ ਬਾਤੇਂ ਸ਼ੁਰੂ ਜਾਏਗੀ, ਇਹ ਹਮਾਰੇ ਨੇਚਰ ਮੈਂ ਆ ਗਿਆ, ਪਤਾ ਨਹੀਂ ਕਿਆ ਇਸ ਲਈ ਰੋਇਲ ਪਾਰਕ ਦੇ ਹਵਾਲੇ ਨਾਲ ਮੈਂ ਕਿ ਰੋਇਲ ਪਾਰਕ ਵਾਲਿਆਂ ਨੇ ਨਹੀਂ ਡਿਸਾਈਡ ਕਰਨਾ ਨਾ ਕਿ ਫਿਲਮ ਕਿਹੋ ਜਿਹੀ ਬਣਨੀ, ਇਹ ਤਾਂ ਇੱਕ ਤਖਲੀਕੀ ਕੰਮ ਹੈ ਔਰ ਡਿਸਟ੍ਰੀਬਿਊਟਰ ਹੈ ਤਾਂ ਨਾ ਉਹਨਾਂ ਕੇ ਵੀ ਮਸਲੇ ਮਸਾਇਲ ਹੈ ਨਾ, ਮਤਲਬ ਕੀ ਮਸਲੇ ਮਸਾਇਲ ਨੇ ਕਿ ਲੈਣਾ ਫਲਾਣੇ ਨੂੰ ਇਹ ਲੈਣਾ ਫਲਾਣੇ ਨੇ ਅੱਛੀ, ਹਾਂ ਇੱਕ ਤਾਂ ਇਹ ਹੈ ਕਿ ਬਾਈ ਅੱਛੀ ਫਿਲਮ ਚਲਤੀ ਹੈ ਕੋਈ ਐਕਟਰ ਤਾਂ ਨਹੀਂ ਚਲਤਾ, ਨਹੀਂ ਦੇਖੋ ਉਸ ਕੋ ਲੈ ਰਹੇ ਅਗਰ ਸਟੋਰੀ ਨਹੀਂ ਹੋਗੀ ਸਟੋਰੀ ਅਸਲੀ ਮਜ਼ਬੂਤ ਐਕਟਰ ਬਣਾਏਗੇ ਆ ਤਾਂ ਨਹੀਂ, ਅਗਰ ਚਲ ਸਕਦੀ ਤਾਂ ਫਿਰ ਆਪ ਇਸ ਬਾਤ ਸੇ ਇਤਫਾਕ ਕਰਤੀ ਹੈ ਸਟੋਰੀ ਦੀ ਜਿਹੜੀ ਬੇਸ ਹੈ ਇਹਨਾਂ ਦੇ ਹਵਾਲੇ ਨਾਲ ਗੱਲ ਕਰੀਏ ਕਿ ਇਹ ਹਮੇਸ਼ਾ ਕੋਸ਼ਿਸ਼ ਕਰਦੇ ਨੇ, ਮੈਂ ਜਦੋਂ ਇਹਨਾਂ ਨੂੰ ਅਬਜ਼ਰਵ ਕਰ ਰਹੀ ਹਾਂ ਕਿ ਸਟੋਰੀ ਜਿਹੜੀ ਹੈ ਮਜ਼ਬੂਤ ਹੋਵੇ, ਬਾਕੀ ਜਿਹੜੇ ਡਾਇਰੈਕਟਰ ਅਤੇ ਪ੍ਰੋਡਿਊਸਰਸ ਨੇ ਉਹ ਕਮਰਸ਼ਲਾਈਜ਼ ਕਰਦੇ ਨੇ ਹਰ ਚੀਜ਼ ਨੂੰ। ਮੈਂ ਇੱਕ ਡਾਇਰੈਕਟਰ ਦਾ ਨਾਂ ਨਹੀਂ ਲਵਾਂਗੀ ਬਟ ਉਹਨਾਂ ਨੇ ਮੈਨੂੰ ਆਪਣੇ ਸਮਝੋ ਕਿ ਸਟੂਡੀਓ 'ਚ ਬੁਲਾਇਆ ਅਤੇ ਕਹਿੰਦੇ ਨੇ ਕਿ ਤੁਸੀਂ ਮੇਰੀ ਫਿਲਮ 'ਚ ਕੰਮ ਕਰੋਗੇ, ਮੈਂ ਨਵਾਂ ਫੇਸ ਲੈਣਾ। ਮੈਂ ਕਿਹਾ ਸਰ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਕੀ ਕਰ ਰਹੇ ਹੋ, ਉਹਨਾਂ ਨੇ ਇੱਕ ਐਲਬਮ ਮੇਰੇ ਅੱਗੇ ਰੱਖਿਆ, ਤੁਸੀਂ ਯਕੀਨ ਮੰਨੋ ਕਿ ਮੈਂ ਉਹ ਐਲਬਮ ਵੇਖ ਕੇ ਨਾ ਮੈਂ ਉਸ ਆਫਿਸ ਉੱਠ ਕੇ ਨਾ ਖਲੋ ਗਈ, ਮੈਂ ਕਿਹਾ ਸਰ ਇਹ ਐਲਬਮ ਇਹਦਾ ਨਹੀਂ ਆ ਰਹੀ। ਦੋ ਚਾਰ ਦਿਨ ਪਹਿਲੇ ਬਾਅਦ ਵਾਸਤੇ ਕਾਫੀ ਬੋਲਡ ਗੱਲ ਕੀਤੀ ਹੈ ਤੇ ਠੀਕ ਗੱਲ ਕੀਤੀ ਹੈ ਕਿ ਅੱਜ ਉਹ ਗੱਲ ਕਰ ਰਹੇ ਨੇ ਕਿ ਉਹ ਐਲਬਮ ਸਾਹਮਣੇ ਰੱਖ ਰਹੇ ਨੇ ਕਿ ਤੁਸੀਂ ਜਿਹੜੇ ਅੱਛੇ ਲੋਕ ਆ ਰਹੇ ਨੇ ਉਹਨਾਂ ਨੂੰ ਪਹਿਲੇ ਹੀ ਵਗਾ ਰਹੇ ਕਿਉਂ ਕਰ ਰਹੇ ਨੇ, ਇਹੋ ਹੀ ਲੋਕ ਨੇ ਜਿਨ੍ਹਾਂ ਨੇ ਫਿਲਮ ਇੰਡਸਟਰੀ ਨੂੰ ਸਿੱਧਾ 20-15 ਸਾਲਾਂ ਜੋ ਦਾਖਲ ਹੋਏ ਲੋਕ ਉਹਨਾਂ ਨੇ ਬਿੜਾ। ਮੈਂ ਬਹੁਤ ਸੀ ਗੱਲਾਂ ਕਰਾਂਗਾ, ਮੈਂ ਬ੍ਰੇਕ ਲੈ ਰਿਹਾ, ਬ੍ਰੇਕ ਤੋਂ ਬਾਅਦ ਮੈਂ ਚਾਹਾਂਗਾ ਫਿਲਮ ਇੰਡਸਟਰੀ ਦੇ ਹਵਾਲੇ ਤੇ ਵੀ ਗੱਲ ਹੋਏ, ਇਮਰਾਨ ਖਾਨ ਸਾਡੇ ਨਾਲ ਮੌਜੂਦ ਨੇ, ਸਨਾ ਮਲਿਕ ਨੇ ਔਰ ਜਰਾਰ ਰਿਜ਼ਵੀ ਸਾਹਿਬ ਨੇ, ਪਲੀਜ਼ ਟੇਕ ਅ ਬ੍ਰੇਕ। ویلکم بیک ناظرین، بریک سے آگے ہیں ہم واپس۔ اچھا جیری ادھر نہ دیکھو، کیمرے کے سامنے ہوئی حرکتیں نہیں کریدی ہوندیاں۔ اچھا جسٹ جوکنگ جیری، آپ کے خیال میں سینسر بورڈ ہمارا جو سا پاکستان کا ہے،
इस टाइम क्या सबके सब सोए हुए हैं, क्या कर रहे हैं? मतलब एक पासे असी देखिए तो साढ़े जेडे नाम ने पाकिस्तानी फिल्मों के, एक तो ओन जी फिल्म इंडस्ट्री डाउन हो गई है, दूसरा उत्ते नाम इस तरह के विच गाने इस तरह के कि सेंसर बोर्ड सारा सोया हुआ है। दूसरा एक और गल जी इंडिया की फिल्म आ रही है, बिल्कुल कुछ ऐसी फिल्म सेंसर कर देने यही करे जा रहे हैं, तो वो जी बोल्ड किस्म की फिल्म आ रही है जिससे बोल्ड एक्टर आता है इमरान हाशमी जैसा, अगर असी एजेंट विनोद नु अगर असी रोक सकते हैं तो ऐसी फिल्म नु क्यों जैसी फिल्मों नु या कोई इस तरह दी असी मतलब ऐसी फिल्म जेड़े आम फैमिली जाके गवर्नमेंट या आईएसआई का चक्कर ना होता तो वो भी चल जाती, और वैसे भी हवाइयां सेंसर बोर्ड में बस आपको पैसे देने पड़ेंगे, हर चीज़ सेंसर हो जाती है। हमारे मुल्क की बड़ी गंदी गंदी फिल्में सेंसर की गई जिसको देखते हुए शर्म आती है। बदकिस्मती है कि इस्लामाबाद हाल की है तो बदकिस्मती तो अल्लाह से ऐसी पड़े हैं। इस्लामाबाद में जो लोग बैठे हैं गवर्नमेंट को चाहिए कि इस टाइप को बैठे ने कभी खिलौते नहीं बैठे रहते हैं, बल्कि वो आगे बंद है सो रहे हैं। इमरान दस रेसन बड़ा मैंने खुशी हुई, देखो काम तो है ना कि जिमें शकील साहब साढ़े बहुत बड़ा नाम ने कराची आए लेजेंड आदमी ने, मतलब मैनू मैनू शर्फ हासिल होया कि मैं अपने स्टार्ट से शी जी एक ड्रामा उन्होंने किया और उन्होंने थ्रू आउट अपने परफॉर्मेंस न अपने बीइंग अ टीचर भी मैंने उन्होंने गाइड किया कि बेटा यूं यूं कर लें यूं कर लें। आज वो एक आने लाहौर से अलहमरा च एक शो करके जाते हैं, मैं एक मिसाल दे रहा कि कला आर्टिस्ट लैके तमाम ऑडियंस नू खड़ा खड़े स्टैंडिंग क्लैप ले रहे हैं, इसे कहते हैं फन। बिल्कुल ये फन ते तुहानू तुसीं करना की है, तुसीं एक आर्ट दिखाना है, वो आर्ट असीं गंदे तरीके नाल जरार पाई क्यों दिखा रहे हैं? आर्ट जैसा जैसा कि अभी सना कह भी रही थी कि जब मौसूफ ने एल्बम रखी तो मैंने कहा ये है सॉरी मैं नहीं कर सकता, ये तो फिर तुसीं कर सकते हो कि ऐसे लोगों को उन्होंने भगा दिया घरों को जो ट्रू टैलेंट या अच्छा काम है ना, अपनी अपनी जगह पे बैठ के सब एक दूसरे के ऊपर इल्जाम दे रहे हैं कि मैं गलत नहीं हूँ अगला गलत है उसकी वजह से खराब हुई, लेकिन इस टाइम आके जब फिल्म इंडस्ट्री इतनी डाउन है कोई स्टेप क्यों नहीं ले रहा, मतलब सबको आगे आना चाहिए मिलजुल के ताकि ये बहाल हो। देखिए एक और गल भी तुम दसा कि मैं कि एक होर भी डायरेक्टर सन उन्होंने मैंने कहा कि तुम मेरी फिल्म काम करो, बहुत मतलब फेम डायरेक्टर ने उन्होंने बड़े अच्छे काम किए हैं ठीक है, लेकिन उन्होंने एक ही गल की उन्होंने मेरे पेपर सन थर्ड ईयर दे, मैं कह सर मेरे पेपर ने मैं वो दे लवा फिर उस तो बाद मैं आवागी, मैंने कहते लै पेपर की देने ने पहले कोई हीरोइन पढ़ी लिखी है तू पढ़ लिखे की करना छड़ परे पढ़ाइयों को क्वालिफिकेशन की कर दी है इतने तो तुम पैसा कमाओ आओ कम करो, पढ़ो लिखो ना फिर ब्लेम भी करो कि पढ़ा लिखा नहीं है इन्हें इतने की करना है नवी जनरेशन की दसना है, तमाम लोग मिलकर मैं अंदाजा हो गया कि सब लोग इस तरह के नहीं है, पहले जिम्मे इन्होंने किया कि मतलब के बहुत बड़े फैन ने, मैं शायद तुम्हें वेटिंग रूम में दसिया कि मैं अज इतने मौजूद हाँ एक तेजार साहब की वजह करके, दूसरा मैं थोड़ी बहुत बड़ी फैन हाँ कि तुम सा मुल्तान भी आके इन्ना अच्छा काम किया कि मुल्तान वाले के पिछले बहुत ज्यादा यादा ने कि तुम हम भूलते नहीं, कोई भी काम हो बाबर साहब को बुलाओ जी जी बड़ी उन्होंने मोहब्बत है, और मैं समझना कि मैं मेरी अपनी गल नहीं कोई भी अच्छा आर्टिस्ट या कोई भी ऐसा इंसान अच्छा वो अपने जस्सर नाल इमरान बिल्कुल और अपने अपनी अपनी गुफ्तगू नाल और अपने काम नाल और ऐसा असर तासुर छोड़े कि पिछले हले तुम चंगी तरह याद करन, जिते जाओ उत्थे मिसाल बना के आओ, अगर सराइकी बेल्ट से मैं जाना अल्लाह ने करम किया मेरे लिए एजाज की गल है कि मेरे वो भरा सारे वो भैं जड़ियाँ ने उत्थे जो लोग ने वो मुहब्बत रखते हैं कि बाबर अली आए दोबारा काम करे, तो मेरी मेरे लिए डबल जिम्मेदारी हो गई है कि मैं उस जिम्मेदारी से पूरा उतर अच्छा जिम्मेदारी तो याद आया कि साड़ियाँ जिम्मेदारियाँ तो बड़ी बढ़ जाती ने जब तुम फिल्म स्टार माशाल्लाह टीवी टीवी से भी काम कर रहे हो, तो हूँ तुम्हारी जिम्मेदारी यह भी है कि तुम एक अच्छे बेटे भी बनना और अच्छे एक इंसान और पाकिस्तानी भी बनना है, पाकिस्तानी भी बनना है और नाल तुम सिलेक्शन ऑफ स्क्रिप्ट भी रखनी है, बड़ी जिम्मेदारी बढ़ गई है क्योंकि हूँ जो भी हो रहा है काम उस दरमियान वो डिस्टेंस भी रखना है उन्होंने काम से जरा जिन्होंने सीधे रस्ते दो नंबर काम कह रहे। मैं अपने आप को बड़ा खुशकिस्मत समझता हूँ बाबर भाई उसमें कि मैं इकलौता हूँ मतलब मुझसे जो भाइयों में मतलब मेरा कोई भाई नहीं है, मेरी मुझसे बड़ी बहन है मेरी वो शी इज़ इन एयरफोर्स और मुझे अपनी अम्मी के साथ रहने का बहुत मतलब एक टाइम मिला है उनके साथ और अल्लाह का शुक्र है कि मैं समझता हूँ आज मैं जिस मकाम पे भी हूँ और मैं इसमें कोई मुझे कोई शर्म नहीं है कि मैं एक बात बताऊँ ये
मुझे रात को 2 बजे भी मतलब मेरी मदर अगर आवाज़ देती हैं कि मतलब वो कहते हैं कि मैंने मतलब उन्होंने अखा है उन्होंने अखा का प्रॉब्लम है मैं अल्लाह तो दुआ करा बल्कि सब दुआ करो कि अल्लाह मियां उन्होंने सेहत याब करे और मतलब वो रात को 2 बजे भी मैंने उन्होंने दवाई पा मतलब उन्होंने अखे च पानी पैंती है तो मैं कभी भी मैं इस चीज़ मैं अपनी बिल्कुल वो मेरे ख्याल से मैंने काफ़ी अरसा हो गया कि मैं कभी रात को हार्डली कोई सुबह के टाइम कोई 6 to 7 बजे के करीब मैं 1 घंटा मतलब मैं मुश्किल ना सोना कि सुबह उठ के उन्होंने नाश्ता भी देना होंगे और मेडिसन उन्होंने टाइम दे हार्ट पेशेंट भी ने उन्होंने मतलब काफ़ी प्रॉब्लम्स ने तो मैं वो हर चीज़ अपनी मतलब दोस्ती यारी अपनी आउटिंग सब कुर्बान कर देती है मतलब कोई कि मेरा सब कुछ वो पूरा एक पैकेज मेरे घर च है मैं तुम एज अ फ्रेंड एज अ मेरे ख्याल से कुलीग ही जानना सा लेकिन अज थोड़ी इस गल मेरे नज़र से थोड़ा ना जो मकाम है बहुत बढ़ गया और तुसी अगर अपनी कायनात अपनी दुनिया अपनी सारी चीज़ा अपनी माँ ना ला लीए तो उस तो बड़ा तो कोई जज्बा नहीं है देखो भाई जी गल है वे कि माँ माँ वो मकाम है जिदा माँ का कोई कोई मेरे को अल्फाज नहीं माँ अगर तुम माँ वालदा ले माँ इस वाले टाइम दे रहे हो तो ताड़े ले एक बहुत बड़ी खुशकिस्मती है कि अल्लाह ताला ने तुम्हें मौका दिया है कि आप तुसी इस अपनी जिंदगी को खिदमत कर सकते हो इस गल इंज लवो जिंदगी के मौजूदा दौर से वो बदनसीब वो लोग होंगे बिल्कुल जिन्होंने अपने माँ या बाप दोनों चो एक बंदा भी मिले जो भी या माँ या बाप और उन्होंने खिदमत करके हो करके जन्नत नहीं का और पता है माँ मतलब मैं समझना कि एक ऐसा एहसास है जरा वजूद नाल जुड़े है कभी भी तुसी अलहदा नहीं कर सकते नहीं कर ही नहीं सकते और मतलब मैं उस चीज़ बड़ी मतलब मैं इस हद तक दुआ करना कि या अल्लाह या कोई कोई ऐसा मैं बल्कि कोशिश भी की है कि मैं किसी ऐसे डॉक्टर को चला जावा कि पता नहीं मैं कहना कि मेरी अखा कट के मेरी माँ ला दे कि मैं वो चीज़ उन्होंने वापस दे देव और मैं पता नहीं इस चीज़ तो बहुत ज़्यादा परेशान होता कि पता नहीं शायद मैं कोशिश नहीं कर रहा या अल्लाह की तरफ होए नहीं भाई जी बात बात गल है मेरे छोटे भरा कि अल्लाह ताला दी हर मसलियत होती काम से बिल्कुल अल्लाह ताला दिलों का हाल बेहतर जानते रबुल इज्जत तो बेहतर तो कोई दिलों का हाल नहीं बेहतर जानता जरी भाई सही बात तो गल है कि तुहाडी जिहड़ी खिदमत है बिल्कुल वो तुहाडे रबुल इज्जत अल्लाह मियां देख रहे हैं ते रब ने जी तुम ये बदले तुम्हारे वालदा ने दुआ जा रही है नेकी रायगा नहीं जा सकती अजर जरा मिलना मैं अल्फाजा से बयान सोच भी नहीं सकते माँ बाप ने जी अच्छा जी इतों के माँ बाप का ही पूछ लाना कि उन्होंने परमिशन है तुम लाहौर शहर आए हो काम कर रहे हो नहीं बेसिकली फर्स्ट तो कभी भी कोई परमिशन नहीं देता हाँ बिल्कुल है भी सच्ची कोई अच्छी फैमिली ना कोई बिलोंग करे कभी भी परमिशन नहीं देते रोना तोना भूख हड़ताल पता नहीं की कुछ मैं कर छड़िया मेरे फादर नहीं है भूख किन्नी देर की हड़ताल माशाल्लाह सी किन्ने मिनट की हड़ताल सेहत तुम्हारी माशाल्लाह एडी वीक नहीं है एवं कोई 15 20 मिनट की भूख चलो जाओ अम्मी ने कहा कुछ मर्जी कर मेरा सिर ना खा फिर उस टाइम बचपना बहुत ज्यादा सी बचपना हाले भी है थोड़ी मैच्योर हो गई दुनिया देख ली है ना पता नहीं कि ऐसा ऐसा जहरी है ना आपको क्या दिखाएंगे बिल्कुल एग्जैक्टली सीनियर दी स्पोर्ट ना होवे ते जूनियर कभी भी अगेन बात सकते ते सीनियर अच्छे भी होन ते जस्ट लाइक यू ए ते हाले मेरे ख्याल बिडे छाएगा पर अच्छी मतलब एक गैदरिंग के अच्छे से तमाम लोगों के नाल वेलकम बैक नाज़रीन असी ब्रेक तो वापस आ गए और साढ़े नाल मौजूद ने इमरान खान जरा रिजवी साहब और सना बैठे ने अच्छा अगे थोड़ा जरा आने वाले वक्त से जरा प्रोग्राम है जिस तरह जामबाज कह रहे हो तो जामबाज तो अलावा भी तुसी कुछ और भी कुछ स्क्रिप्ट तो काम कर रहे हैं मैंने 3 फिल्मों का म्यूजिक रिकॉर्ड किया है भी हो जाए जरार भाई मुश्किल काम में भी पाल लग गया
ਨਹੀਂ ਲੇਕਿਨ ਆਂਦੀ ਮੇਰੇ ਖਿਆਲ ਤੋਂ ਜੁਰਾਜੀ ਕਿੰਨਾ ਅਰਸੇ ਤੋਂ ਤੁਸੀਂ 30-32 ਸਾਲ ਹੋ ਗਏ ਤੇ 32 ਸਾਲ ਨੇ ਤੁਹਾਨੂੰ ਸਾਲਾਂ ਚ ਪੰਜਾਬੀ ਨਹੀਂ ਆਈ ਤੁਹਾਨੂੰ ਪੰਜਾਬੀ ਨਹੀਂ ਆਈ ਉਹ ਵੀ ਅਜੀਬ ਗੱਲ ਹੈ ਲਾਹੌਰ ਚ ਰਹਿੰਦੇ ਹੋ ਲਾਹੌਰ ਚ ਰਹਿੰਦੇ ਬਸ ਭਈ ਆਇਆ ਨਵਾਂ ਆਇਆ ਹੈ ਸੋਹਣੀਆਂ ਬਸ ਹਾਏ ਨਵਾਂ ਆਇਆ ਅੱਜ ਵੀ ਨਵਾਂ ਹੀ ਹੈ ਲੱਗ ਅੱਜ ਨਵਾਂ ਹੀ ਲੱਗਦਾ ਹੈ ਅੱਜ ਵੀ ਨਵਾਂ ਹੀ ਹੈ ਅੱਛਾ ਅਬ ਆਨੇ ਵਾਲੇ ਸਕ੍ਰਿਪਟ ਮੇਂ ਜਰਾਰ ਭਾਈ ਹਮ ਦੇਖੇ ਕਿ ਕੋਈ ਐਸੀ ਜਿੱਦਤ ਆ ਰਹੀ ਹੈ ਖੁਦਾ ਕੇ ਲਈ ਅਬ ਯੇ ਮਤ ਕਹੀਗਾ ਨਹੀਂ ਨਹੀਂ ਮੈਂ ਇੱਕ ਹੀ ਜੈਸੀ ਉਰਦੂ ਫਿਲਮ ਹੀ ਬਣਾ ਰਹੇ ਹਾਂ ਨਾ ਹਾਂ ਮੈਂ ਇੱਕ ਪ੍ਰੀਟੀ ਗਰਲ ਠੀਕ ਹੈ ਇੱਕ ਡੀਲ डील वो है जो नेहरू कैजाजन से शुरू होकर कराची टारगेट क्रैंक तक आएगी डील ये कैसी डील हुई क्या, 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 क्या कह रहे हैं एक बार फिर की कायदे आजम और नेहरू की जो डील हुई उसके बाद कश्मीर की हुई पाकिस्तान के दो टुकड़े करने की डील हुई और इस वक्त पूरे मुल्क को तबाह करने की जो डीलें हुई हैं ये इस पे टॉपिक बड़ा बोल्ड टॉपिक है और बड़ी तड़ी देखो ਜਦੋਂ ਕੋਈ ਅੱਛਾ ਸਕ੍ਰਿਪਟ ਹੋਏਗਾ ਨਾ ਤਾਂ ਇੱਕ ਲੰਮੇ ਲਈ ਮੈਂ ਵੀ ਤੁਹਾਨੂੰ ਕਿਹਾ ਕਿ ਬੜਾ ਦੁਬਾਰਾ ਦੱਸੋ ਕਿ ਇਹ ਇਸ ਟੌਪਿਕ ਦੀ ਪਹਿਲੀ ਗੱਲ ਤਾਂ ਹੁਣ ਇੱਥੇ ਤੁਸੀਂ ਸੈਂਸਰ ਕਰਾ ਕੇ ਦੱਸੋ ਨਾ ਪਹਿਲੇ ਤਾਂ ਇਹ ਗੱਲ ਕਰਾਏਂਗੇ ਸੈਂਸਰ ਹੋਣੇ ਚਾਹੀਦੇ ਨੇ ਫਿਰ ਐਸੇ ਸਬਜੈਕਟ ਹੋਣਗੇ ਜਿਹੜੇ ਸੈਂਸਰ ਹੋਣ ਔਰ ਸਬਜੈਕਟ ਪਾਸ ਹੋਏ ਤਾਂ ਯਕੀਨ ਨੇ ਤੁਹਾਡੀ ਬੋਲੀ ਸਾਨੂੰ ਪਾਕਿਸਤਾਨ ਮੈਂ ਉਹਨਾਂ ਨੇ ਸੈਂਸਰ ਕਰਨ ਦੀ ਕੋਸ਼ਿਸ਼ ਹੈ ਕਿ 7-8 ਜਗ੍ਹਾ ਮਗਰ ਮੈਂ ਇੱਕ ਲਫ਼ਜ਼ ਨਹੀਂ ਕੱਟਨੇ ਦਿਆ ਬਹੁਤ ਅਜੀਬ ਸੀ ਬਾਤ ਹੈ ਕਿ ਆਪਣੇ ਪਾਕਿਸਤਾਨ ਮੇਂ ਇਸ ਤਰ੍ਹਾਂ ਕੇ ਜਿਤਨੇ ਵੀ ਸਬਜੈਕਟਸ ਹੈ ਉਨਕੋ ਸੈਂਸਰ ਕਰ ਦੇਤੇ ਹੈ ਔਰ ਬਾਕੀ ਜੋ ਇੰਡੀਆ ਸੇ ਜੋ ਆ ਰਹੀ ਹੈ ਵੋ ਚੱਲ ਰਹੀ ਹੈ ਫਿਲਮੇ ਵੋ ਪਾਕਿਸਤਾਨ ਮੇਂ ਰਿਲੀਜ਼ ਕਰਦੇ ਹੈ ਅੱਛਾ ਲੋਕ ਦੇਖਦੇ ਵੀ ਬੜੇ ਸ਼ੌਕ ਨਾਲ ਤਕਲੀਫ ਦੀ ਗੱਲ ਹੋ ਗਈ ਤਕਲੀਫ ਦੀ ਹੈ ਇਹ ਐਸੀ ਗੱਲ ਨਹੀਂ ਅਸੀਂ ਕੰਪੀਟੀਸ਼ਨ ਤੋਂ ਘਬਰਾ ਰਹੇ ਹਾਂ ਉਹ ਵੀ ਲੱਗਣ ਫਿਲਮਾਂ ਹਾਂ ਲੱਗਣ ਲੇਕਿਨ ਉਹਨਾਂ ਦੇ ਜਿਹੜੀ ਫਿਲਮਾਂ ਨੇ ਉਹ ਸਿਰਫ ਲੱਗਣ ਆ ਫਿਲਮੇ ਜਿਹੜੀ ਜਿਹਨੂੰ ਫਿਲਮ ਕਹਿੰਦੇ ਨੇ ਜੋ ਬਾਈਆ ਚੀਜ਼ਾਂ ਹੋਣ ਵਾਲੀ ਚੀਜ਼ਾਂ ਜਾਂ ਐਸੀ ਜਿਹੜੀ ਅਸੀਂ ਫੈਮਿਲੀ ਦੇ ਨਾਲ ਜ਼ਿੰਦਗੀ ਨਾ ਵੇਖ ਸਕੀਏ ਉਹ ਫਿਲਮਾਂ ਕੀ ਫਾਇਦਾ ਉਹਨੂੰ ਫਾਇਦਾ ਹੀ ਨਹੀਂ ਬਿਲਕੁਲ ਉਹਨੂੰ ਉਹਦੀ ਇੱਕ ਪਾਲਿਸੀ ਬਣਾਉਣੀ ਚਾਹੀਦੀ ਹੈ ਇਹਨਾਂ ਨੂੰ ਇਹ ਵੀ ਮੈਂ ਕਈ ਦਫਾ ਕਹਿ ਚੁੱਕਾ ਇੱਕ ਹੋਰ ਗੱਲ ਜਰਾਰ ਭਾਈ ਜੇ ਜਰਾਰ ਭਾਈ ਨਾਲ ਜਿਹੜਾ ਹੋਇਆ ਕੰਮ ਮੈਂ ਇਸ ਗੱਲ ਦਾ ਗਵਾਹ ਔਰ ਇਹ ਅਕਸਰ ਮੈਂ ਫੀਲ ਕਰ ਰਿਹਾ ਜਰਾ ਭਾਈ ਉਹ ਜ਼ਰੂਰ ਉਸ 'ਤੇ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਬਾਹਰ ਦੇ ਮੁਲਕ ਜਾਂਦੇ ਹਾਂ ਸਾਨੂੰ ਕਿਸੇ ਜਗ੍ਹਾ ਕੈਮਰਾ ਰੱਖਦੇ ਹਾਂ ਸਾਨੂੰ ਪਰਮਿਸ਼ਨ ਨਹੀਂ ਮਿਲ ਜਾਂਦੀ ਐਡੀ ਦੌੜ ਭੱਜ ਨਹੀਂ ਕਰਨੀ ਪੈਂਦੀ ਆਪਣੇ ਮੁਲਕ 'ਤੇ ਬੜੇ ਬੜੇ ਖੂਬਸੂਰਤ ਲੋਕੇਸ਼ਨਾਂ ਨੇ ਔਰ ਕੁਝ ਐਸੀ ਜਗ੍ਹਾ ਨੇ ਜਿੱਥੇ ਅਸੀਂ ਜਾ ਕੇ ਕੈਮਰਾ ਰੱਖਦੇ ਹਾਂ ਜਰਾਰ ਭਾਈ ਦੀ ਫਿਲਮ ਐਸੀ ਕਲਰ ਕਾਰ ਦੀ ਜਗ੍ਹਾ ਉੱਥੇ ਜਾ ਕੇ ਇਹਨਾਂ ਦੇ ਕੈਮਰੇ ਰੋਕ ਲਏ ਗਏ ਇਹਨਾਂ ਨੂੰ ਕਾਫੀ ਦੇਰ ਪਰੇਸ਼ਾਨੀ ਦਾ ਸਾਹਮਣਾ ਤੇ ਜਰਾਰ ਭਾਈ ਇਸ ਹਵਾਲੇ ਨਾਲ ਕੀ ਚਾਹੁੰਦੇ ਹੋ ਕਿ ਹਕੂਮਤ ਨੂੰ ਥੋੜਾ ਰਿਲੀਫ ਦੇਣਾ ਚਾਹੀਦਾ ਨਾ ਹਮਾਈ ਨਾ ਹਮੇ ਗਵਰਨਮੈਂਟ ਸਪੋਰਟ ਕਰਤੀ ਨਾ ਪਾਕਿਸਤਾਨ ਕੇ ਲੋਕ ਕਰਤੇ ਹਾਲਾਂਕਿ ਇਸ ਮੁਲਕ ਮੇਂ ਬੜੇ ਬੜੇ ਲੋਕੋਂ ਕੇ ਪਾਸ ਘਰ ਹੈ ਸ਼ੂਟਿੰਗ ਕਰਨੇ ਆਤੇ ਤੋ ਬਸ ਉਸਨੇ ਬਚਾਤੇ ਕਿ ਹਮਾਰੇ ਘਰ ਮੇਂ ਖਰਾਬ ਨਾ ਹੋ ਜਾਏ ਕੋਠੀਆਂ ਖਰਾਬ ਨਾ ਹੋ ਜਾਏ ਡੈਕੋਰੇਸ਼ਨ ਖਰਾਬ ਨਾ ਹੋ ਜਾਏ ਬਸ ਹਮਾਰੇ ਲੋਕੋਂ ਕੋ ਆਪਣੀ ਕਿਸੇ ਵੀ ਫਿਲਮ ਕਾ ਕੋਈ ਕਾਮ ਕਰਨੇ ਸੇ ਦਿਲਚਸਪੀ ਨਹੀਂ ਜਬਕਿ ਇੰਡੀਆ ਕੋ ਦੇਖੇ ਗਵਰਨਮੈਂਟ ਸਪੋਰਟ ਕਰਤੀ ਹੈ ਵਹਾਂ ਕੀ ਆਵਾਮ ਵੀ ਆਪਣੀ ਫਿਲਮ ਕੋ ਸਪੋਰਟ ਕਰਤੀ ਹੈ ਇਸੀ ਲਈ ਉਸ ਵਕਤ ਪੂਰੀ ਦੁਨੀਆ ਮੇਂ ਵੋ ਲੋਕ ਛਾ ਗਏ ਔਰ ਹਮ ਕਹੇ ਨਾ ਗਵਰਨਮੈਂਟ ਨੇ ਸਪੋਰਟ ਕੀ ਨਾ ਮੁਲਕ ਕੇ ਲੋਕੋਂ ਨੇ ਕੀ ਜਿਸ ਕਰਕੇ ਹਮਾਰੀ ਫਿਲਮ ਤਬਾਹੀ ਕੀ ਤੱਕ ਚਲੀ ਜਾ ਰਹੀ ਹੈ ਲੇਕਿਨ ਸਾਨੂੰ ਉਹ ਜਗ੍ਹਾ ਉਹ ਪੋਰਸ਼ਨ ਤੇ ਜਿੱਥੇ ਅਸੀਂ ਡਿਜ਼ਰਵ ਕਰ ਰਹੇ ਹੋ ਨਾ ਸਾਡੀ ਫਿਲਮ ਸਕਰੀਨ ਉਸਕੀ ਵੀ ਜਾਦੀ ਮਿਲਦੀ ਨਾ ਉਹ ਵੀ ਸਾਨੂੰ ਪਰਮਿਸ਼ਨ ਨਹੀਂ ਮਿਲਦੀ ਬਤ ਕਿਸਮਤ ਐਰਪੋਰਟ ਹੀ ਆਪ ਨਹੀਂ ਕਰ ਸਕਦੇ ਇੰਪੈਕਟ ਹੀ ਐਸਾ ਛੋੜ ਦਿਆ ਹੈ ਨਾ ਹਮਾਰੀ ਇੰਡਸਟਰੀ ਨੇ ਕਿ ਉਹ ਲੋਕ ਕਹਤੇ ਹੈ ਕਿ ਇਨਹੋਨੇ ਬਨਾਨਾ ਤੋ ਵਹੀ ਕੁਛ ਹੈ ਤੋ ਇਸ ਤਰ੍ਹਾਂ ਕੀ ਲੋਕੇਸ਼ਨਸ ਦਿਖਾਣੇ ਕਾ ਵੀ ਕਿਆ ਮੁਨਫਰਿਦ ਕਰ ਰਹੇ ਹੈ ਆਪ ਅਗਰ ਗਵਰਨਮੈਂਟ ਕੀ ਬਾਤ ਕਰਤੇ ਹੈ ਤੋ ਗਵਰਨਮੈਂਟ ਵੀ ਆਪ ਇੱਕ ਇੰਡਸਟਰੀ ਬਣਾਏ ਨਾ ਪਾਕਿਸਤਾਨ ਫਿਲਮ ਇੰਡਸਟਰੀ ਕਾ ਇੱਕ ਨਾਮ ਹੈ ਕਿ ਆਪ ਕੀ ਫਿਲਮ ਜੋ ਹੈ ਉਹ ਆਪਕੇ ਪਾਕਿਸਤਾਨ ਕੋ ਰਿਪ੍ਰੈਜ਼ੈਂਟ ਕਰ ਰਹੀ ਹੈ ਕਹੀਂ ਔਰ ਠੀਕ ਹੈ ਮੈਨੇ ਜਬ ਸੇ ਫਿਲਮ ਪੜ੍ਹੀ ਹੈ ਮੁਝੇ ਪਤਾ ਹੈ ਕਿ ਫਿਲਮ ਬਨਾਨਾ ਹਰ ਬੰਦਾ ਬਣਾ ਸਕਦਾ ਹੈ ਫਿਲਮ ਲੇਕਿਨ ਫਿਲਮ ਲਗਾਨੇ ਕੇ ਲੀ ਆਪ ਪਹਿਲੇ ਉਸਕੀ ਪੋਸਟ ਪ੍ਰੋਡਕਸ਼ਨ ਅੱਛੀ ਕਰੇ ਆਪਕੀ ਪ੍ਰੀ ਪ੍ਰੋਡਕਸ਼ਨ ਹੀ ਨਹੀਂ ਹੋਤੀ ਤੋ ਆਪ ਫਿਲਮ ਲਗਾਨੇ ਪਹੁੰਚ ਜਾਤੇ ਠੀਕ ਹੈ ਪ੍ਰੀ ਪ੍ਰੋਡਕਸ਼ਨ ਹੀ ਨਹੀਂ ਹੈ ਹਮਾਰੀ ਪ੍ਰੀ ਪ੍ਰੋਡਕਸ਼ਨ ਕੋਈ ਪਲੈਨਿੰਗ ਨਹੀਂ ਹੈ ਹਮਾਰਾ ਪੂਰਾ ਸਿਸਟਮ ਖਰਾਬ ਹੈ ਦੂਸਰੀ ਬਾਤ ਕਿ ਆਪ ਗਵਰਨਮੈਂਟ ਕੀ ਬਾਤ ਕਰ ਰਹੇ ਹੈ ਗਵਰਨਮੈਂਟ ਉਸ ਵਕਤ ਸਪੋਰਟ ਕਰੇਗੀ ਆਪਕੋ ਕਿ ਆਪਕਾ ਕੋਈ ਇੱਕ ਬੰਦਾ ਤੋ ਸਾਹਮਣੇ ਆਏ ਨਾ ਕਿ ਜੋ ਉਸ ਡਿਜ਼ਰਵ ਕਰਤਾ ਹੋ ਕਿ ਜਿਸਕੇ ਬਿਹਾਫ ਪੇ ਗਵਰਨਮੈਂਟ ਆਪਕੋ ਯਾਂ ਤੋ ਅਗਰ ਪਾਰਟੀਆਂ ਬਣਨੇ ਪੇ ਆਈਆਂ ਤੋ ਉਹਨੇ ਕਿਹਾ ਐਨ ਜੀ ਓ ਬਣਾਏ ਤੋ ਯਾਂ ਪੇ ਦੋ ਤਿੰਨ ਬਣ ਗਈਆਂ ਕਿ ਜੀ ਫਲਾਨਾ ਇਧਰ ਹੋ ਗਿਆ ਔਰ ਫਲਾਨਾ ਇਧਰ ਹੋ ਗਿਆ ਬਿਲਕੁਲ ਆਪ ਡਿਸੀਜਨ ਵੀ ਨਹੀਂ ਹਮਾਰੀ ਕੋਈ ਮਿਊਚੁਅਲ ਅੰਡਰਸਟੈਂਡਿੰਗ ਹੀ ਨਹੀਂ ਹੈ ਹਰ ਬੰਦਾ ਤੋ ਇਤਫਾਕ ਨਹੀਂ ਹੈ ਨਾ ਇੱਕ ਇੱਕ ਸਾਥ ਨਹੀਂ ਚੱਲ ਰਹੇ ਉਹ ਕਹੇਗਾ ਕਿ ਜੀ ਮੈਂ ਇਸ ਸੇ ਆਗੇ ਚਲਾ ਜਾਊਂ ਔਰ ਮੈਂ ਇਸ ਸੇ ਪਹਿਲੇ ਪਹੁੰਚ ਜਾਊਂ ਤੋ ਇਹ ਚੀਜ਼ ਨਹੀਂ ਮਤਲਬ ਹੋ ਸਕਦੀ ਗਵਰਨਮੈਂਟ ਕਹਾਂ ਸੇ ਸਪੋਰਟ ਸਾਰੀ ਚੀਜ਼ਾਂ ਤੋਂ ਪਹਿਲੇ ਰਿਸ਼ਵਤ ਪਹਿਲੇ ਆਪ ਯਹਾਂ ਪੇ ਐਕਟਰ ਕਾ ਅਕਾਊਂਟ ਨਹੀਂ ਖੋਲਤੇ ਉਹ ਕਹਤੇ ਹੈ ਐਕਟਰ ਮਤਲਬ ਇਹ ਕੀ ਪ੍ਰੋਫੈਸ਼ਨ ਹੈ ਮਤਲਬ ਮੈਂ ਹੋਰ ਤੇ ਹੋਰ ਮੈਂ ਤੁਹਾਨੂੰ ਇੱਕ ਬੜੀ ਮੁਨਫਰਿਦ ਗੱਲ ਦੱਸਾਂ ਗਾੜੀ ਨਹੀਂ ਮਿਲਦੀ ਗੱਡੀ ਦੇ ਵਾਲੇ ਨਾਲ ਕਿਉਂਕਿ ਮੈਂ ਕਹਿਣੇ ਤੇ ਮੈਂ ਕੋਈ ਸ਼ਰਮ ਮਹਿਸੂਸ ਨਹੀਂ ਕਰਦਾ ਕਿ ਸਾਡੇ ਬਹੁਤ ਹੀ ਅੱਛੇ ਚਲੋ ਨਾਮ ਨਹੀਂ ਲੈਂਦਾ ਦੋ ਤਿੰਨ ਲੋਕ ਐਸੇ ਨੇ ਜਿਨ੍ਹਾਂ ਨੇ ਜਿਹੜੇ ਇਸ ਪੋਜੀਸ਼ਨ ਤੇ ਨਹੀਂ ਸਨ ਜ਼ਿੰਦਗੀ ਜਿਨ੍ਹਾਂ ਨੇ ਗੱਡੀ ਕਢਵਾਉਣੀ ਕਿਸ਼ਤਾਂ ਤੇ ਕਢਵਾਉਣੀ ਆਪ ਯਕੀਨ ਕਰੋ ਇਹ ਸੋਨਕਰ ਇਤਨੇ ਬੜੇ ਨਾਮ ਹੈ ਉਨਕੇ ਅਫਸੋਸ ਹੁਆ ਕਿ ਉਨਕੋ ਫਾਈਨੈਂਸ ਨਹੀਂ ਕੀਆ ਹਾਲਾਂਕਿ ਉਹਨਾਂ ਨੇ ਕਿਸ਼ਤਾਂ ਦੇਣੀਆਂ ਸਨ ਉਹ ਕੰਮ ਕਰ ਰਹੇ ਨੇ ਚਲੋ ਇੱਕ ਬੰਦਾ ਨਹੀਂ ਕੈਸ਼ ਲੈ ਰਿਹਾ ਉਹ ਗੱਡੀ ਕਿਸ਼ਤਾਂ ਤੇ ਲੈ ਲੈ ਯਾਨੀ ਇਤਨੀ ਤਕਲੀਫ ਦੇ ਬਾਤ ਹੈ ਕਿ ਇਸ ਮੁਲਕ ਦਾ ਇੱਕ ਆਰਟਿਸਟ ਜਿਸਨੇ ਆਪਣੇ ਸਾਰੀ
कोई चीज आज हम लोग यहाँ पे बैठे हुए हम यहाँ पे कोई बात करके जाए आप माजी में चले जाए कितनी अनाउंसमेंट हुई कि मतलब ये हो जाएगा वो हो जाएगा क्या कभी किसी ने उस पर रिपोर्ट चलाई है ब्रेकिंग न्यूज तो बहुत जल्दी चल जाती है किस बंदे को मतलब कितने लेजेंड्स चले गए इस दुनिया से अभी डेढ़ दो साल पहले जो कल्चर के जो वजीर थे उन्होंने पाकिस्तान को फिल्म इंडस्ट्री का के मान लेते हैं भाई 63 साल में साली जब इंडस्ट्री तबाह हो गई तो तुम इंडस्ट्री में कह रहे हो कि इंडस्ट्री होगी पाकिस्तान फिल्म इंडस्ट्री को मानने लगे कि इंडस्ट्री है और 63 साल से क्या हुआ किसी गवर्नमेंट ने नहीं कहा कि इंडस्ट्री है अब जब तबाह हो गया खत्म हो गया तो कह रहे इंडस्ट्री है पाकिस्तान सना तुम इत्तेफाक कर रहे हो जेडी गल्लां हो रही है मैं ये सोच रही हूं मेरे दिमाग में जो बात चल रही है कि किसी नए आए ना तो तुम्हारे की भी हुए नहीं यहां पर मैं ये सोचती हूं जो मेरी ऑब्जर्वेशन है कि हम लोग आपस में ही लड़ने में आपस में कंपटीशन करने में लगे हुए हैं जिसका फायदा दूसरे लोग ले जा रहे हैं फायदा उठा रहे हैं हमें चाहिए कि हम मुत्तफिक हो जाएं अपनी मुट्ठी को बंद कर लें एक दूसरे से कंपटीशन करने की बजाय एक दूसरे को सपोर्ट करें जब हम एक दूसरे को सपोर्ट करेंगे सब लोगों को पता चलेगा और जो बैरून ममालिक के जो लोग हैं बाकी जो हम लोगों के खिलाफ हैं हमारे पाकिस्तान के खिलाफ हैं उनको पता चले कि पाकिस्तानी कौम एक है ये मुत्तहिद हैं तो देन फिर कुछ हो सकता है ऐसे कुछ नहीं कि हमें सेंसर बोर्ड वाले क्या कह रहे हैं हमें गवर्नमेंट क्या कह रही है भाई जब हम लोग एक रही है तो हमने किसी की मैं एक मिसाल देना चाह रहा हूँ कथा कलामी हो रही है ईरानी फिल्म बढ़ती है क्या बात उन्होंने कल्चर से बनती है फिल्म सेपरेशन नाम है मैं अपने प्रोग्राम से नाम ले रहे हैं फिल्म ऑस्कर लिए नॉमिनेट हो जाती है अमरीका जैसे ऑस्कर हो गया तो वो मजबूर हो गए देखो गल है कि उन्होंने अपनी अपनी काम से अपने कल्चर नू अपने काम नाल ना ओदे जे मैं कोई खेतां जे दौड़दा तुहानू नजर आवांगा कोई ना साडी हीरोइन ना कोई ऐसा कोई वल्गर काम तुहानू सिर्फ कॉन्टेंट ते काम नजर आएगा वो भी तो है ने फिल्मा बना रहे ने जिहड़े साडे तो बहुत पिछे सन उहनां दी बहुत आज बहुत अभी कुछ दिन पहले आज वो किथे चले गए ने हॉलीवुड के मुकाबले पे अच्छा फिल्म दे अंदर जरार भाई मैं दसना जा रहा हां नाज़रीन नू वो ऐसी फिल्म बनाई उन्होंने कि वो फिल्म दे अंदर बैकग्राउंड म्यूजिक तक नहीं है म्यूजिक नहीं है बिल्कुल ऐसा ही फिल्म दे अंदर कोई बैकग्राउंड म्यूजिक नहीं है यानी ऐसी किसी जिवें गल कर रहे हैं कोई कंटेंट मजबूत है सब्जेक्ट मजबूत मजबूत है अपने अपने अपनी सराउंडिंग दे अंदर उन्होंने ऐसी फिल्म बनाई है कि उन्होंने कहा यह फिल्म है पोर्टफोलियो लेके आए कि जी हमने फिल्में बनाई और उन्होंने बताया कि एक साल चो मतलब की रेशो है फिल्म जिड़िया मतलब उन्होंने रिलीज होनी ने साड़ी इंडस्ट्री से माशाल्लाह काफी नामवर लोग उस मतलब उससे मीटिंग गए बात की मतलब रिजल्ट की निकले उन्होंने कहा जी सानू तो इन्हां दी समझ नहीं लगदी कि इन्हां नाल काम करना उन्होंने कोई गाना छाणा ही हैगा नहीं सी फिल्म च की फिल्म आए फिल्मां चलन नहीं इत्थे देखिए हॉलीवुड की फिल्में भी जो बगैर गानों की चलती रही हैं वो हिट नहीं हुई आज तक तो कोई तो फिर गाना के जरूरी चलो मैं इस गल के खिलाफ नहीं है जरार भाई चलो असी कमर्शियल इंडिया पाकिस्तान के कल्चर स्टाइल के गाने कल्चर है तुसी बना लो लेकिन किसी लॉजिक नाल ते आओ कोई जगह होती है कोई सच दसया है कि साडी फिल्मां च हुण की शुरू करता सी पिछे इन्हां ने कि भरा फौत होया भैन ने कहा वीरा ते भरा दे उत्ते डिगी रो रही है उसके बाद कट करके दिखाया वही भैन फुल मेकअप च इदां ते डांस कर रही है ये क्या कर ए लोग सवालात कर देने सानू हां ये क्या ए की होया हमारे यहां ते भरा मरिया ते गाना कर रही स्क्रिप्ट बाद में लिखा जाता है पहले गाना पहले पाया जाता जी जी और वो जिस पे गाना पिक्चराइज होना होता है उसी की वजह से फिल्म स्टार्ट की जाती है कि मतलब ये फिल्म जो है अब मतलब कल ये फिल्म प्लान करेंगे या इस पे ये गाना होगा ये अच्छा जरी इस हिसाब नाल अगर देखा जाए तो ताड़ी फिल्म दे विच कोई नवे चेहरे मतलब जड़े हुन नवी फिल्मा बनाने लगे हो असी उम्मीद करिए कि आएंगे जवाब लवांगे एक छोटे ही ब्रेक तो बाद ब्रेक ले लिए ना फिर तानू पूछने हां ब्रेक प्लीज टेक अ ब्रेक वेलकम बैक नाज़रीन ब्रेक से आ गए हैं वापस से नाल लाए हैं इसी अपनी रैपिड फायर लेकिन रैपिड फायर तो पहले रह गया सी एक सवाल दा जवाब हां जरी जवाब दियो हुन तुसी सवाल तुसी पूछ लिया सी कि जेडी तुहाडियां नवीं फिल्में आ रहीयां ने उम्मीद करिए कि इंदे विच नवे चेहरे भी होंगे स्टोरी भी चेंज होएगी इंशाल्लाह स्क्रिप्ट भी बहुत तब्दील नजर आएंगे उर्दू और पंजाबी छह फिल्में हैं जो शुरू हुई हैं जिसका तीन की फिल्मों का म्यूजिक बन गया दो के शुरू हुए हैं प्रैक्टिकल के भी तीन गाने किए हैं पंजाबी टिपिकल फिल्म समझी या कुछ मुनफरिद नहीं नहीं सब चेंज है एक तो है इंसाफ ते हुन होवेगा इंसाफ ते हुन होवेगा पुलिस चाचा रजी साहब की फिल्म होए तो कह रहे हैं इंसाफ ते हुन होवेगा मैंने कहा इमरान खान साहब को फॉलो कर रहा हूं अच्छा अच्छा ये सियासतदान तुसी भी चले गए पुलिस सियासतदान और सिविल सिविल लोगों की जंग है ये तुसी अपना
अपनी इमरान भाई को बताया मतलब फेवरेट तो है ना हमारे चले चले अच्छा लेकिन वो जवाब रह गया नहीं अच्छा ये आज इनको ये नए चेहरे भी आएंगे वादा हो रहा मगर नहीं दोनों चले वो तो खैर सब में ही है बहरहाल बात बात पता है क्या है कि एक तो आप साढ़े मॉर्निंग से वादा भी कर ले अपना दे आवाम दे सामने अपने चैनल चे वादे दे ना ने बढ़िया ना जे ना ने ना की था ना किन्ना किन्ना नहीं नहीं ऐसे ना दोबारा प्रोग्राम चे बुला लेंगे नहीं नहीं नए चेहरे लोग देखेंगे बेनती है कितने ऐसे ऐसी कुड़ियां भी आएंगी इस्लामाबाद से भी लोग हैं लाहौर से भी तो कहा यार मेरे नाल भी तो कहा होगा नहीं होगा जिससे जो जबान दी जाएगी करना पड़ेगा असल में कोई ऐसा काम इस्लामाबाद से भी है एक दो आर्टिस्ट ले रहा हूं लाहौर से है कराची से हम तो उम्मीद करते हैं कि हमारी फिल्म इंडस्ट्री के लिए सबके लिए फिल्में इतनी को कामयाब और अच्छी साबित हों कि सब बिल्कुल अच्छा जी हूँ मैं सवालों का सिलसिला शुरू कर रहे हैं इमरान खान तो शो बिजनेस से ना आते तो किस शोबे से जाते मेरे को तीन ऑप्शन ने तुसी जवाब देना है डॉक्टर बनते इंजीनियर या पायलट पायलट क्योंकि एयरफोर्स से पाकिस्तान की फर्स्ट पायलट माशाल्लाह लेडी पायलट एयरफोर्स की माशाल्लाह माशाल्लाह ये बड़े एजाज की गल है वो इमरान खान की भैन ने बल्कि साड़ी भैन ने वो साड़े लिए एहतराम की जगह है पाकिस्तान एयरफोर्स नू सलूट सलूट पाकिस्तान फौज नू मेरा सलाम और इतना बड़ा एजाज है माशाल्लाह आप सोच नहीं सकते हो आप आपके साथ कितनी दुआएं हैं हमारी उस बहन के साथ अच्छा जी जेरी अगर तुम एक दिन के वास्ते वजीर आजम बना दिता जाए आवाम नू सब तो पहले किस चीज़ तो निजात दवाओगे लोड शेडिंग जी आती है जाती है करप्शन या फिर महंगाई मैं महंगाई से भी और करप्शन से भी मैं कानून ऐसे नाफिज कर दूंगा जो एक दिन के अंदर पूरी कौम लट्ठे की तरह साफ हो जाएगी सही हो जाएगी एक दिन में जो कत्ल करेगा किसी को उसी दिन उसको सज़ा मिलेगी कोई अदालत नहीं होगी किसी से कार के हादसे से किसी एक्सीडेंट से कोई मरता उसी वक्त फैसला वहीं होगा और उसी वक्त उसको सज़ा मिलेगी कल नहीं आएगी कोई जज साहब कल है और सोर्सें लगती पैसा खिलाया जाते हैं छूट जाता है ये छूटने वाला खत्म कर दिया जाएगा एक दिन में सारे फैसले होंगे चलो अल्लाह करे ऐसा भी दिन आए बिजली का की करोगे बिजली एक दिन में सब हो जाएगा चाइना भी दे रहा है ईरान दे रहा है हम खुद नहीं रहे हम तो कमिश्नर के चक्कर में है ना क्या हमें पैसे दे दो हम लगाएंगे खुद हम तो बदकिस्मत है कि हमारी जो हुकूमतें आती है अपने मुल्क का सोच ही नहीं तो आप सच बड़ा बोलते हैं जबकि ये मुल्क ऐसा है दुनिया के सोने के अंडे देने वाली मुर्गी ये वो खत्ता है बदकिस्मती के हम भीख मांग रहे हैं 65-64 साल से भीख मांग रहे हैं जबकि हम दुनिया को दे सकते थे सब कुछ दुनिया की कोई ऐसी नेमत नहीं जो इस मुल्क में नहीं है बेशक जी और जिनके पास डेजर्ट और सैराब वो करोड़ खरबों पति है और दुनिया को वो दे रहे हैं सपोर्ट और हम भीख मांग रहे हैं उनसे अच्छा जी हूँ मैं इन्होंने सवाल करा जो थोड़ी इजाजत हो फिल्मी अदाकारा सना जी काम छोड़ देना चाहिए थोड़ी नज़र से ऑप्शन मेरे को है नहीं हाँ वैसे अपना मीरा रेशम या रीमा मीरा मीरा क्यों आप मैं इत्तेफाक करते हैं हम इस बात पे बिल्कुल भी नहीं आप नहीं मेरे ख्याल में कि उस जैसा परफॉर्मर कोई है ही नहीं पाकिस्तान में आप क्यों कह रही हैं कि छोड़ देना चाहिए बस अब आपने जब क्वेश्चन किया ठीक है बस डिटेल नहीं जानते हां डिटेल में नजर डिटेल से नहीं जानते रेशम को आप देखें वो बहुत अच्छी आर्टिस्ट है वो टीवी भी कर रही है रेशम बहुत अच्छी टीवी पर भी उन्होंने अपना लोहा मनवाया है रेशम इज अ गुड एक्टर रीमा जो है वो मेरी मोस्ट फेवरेट है ठीक है पाकिस्तान में उन्होंने कहां से स्टार्ट लिया वो कहां जाके खत्म किया और अपनी साबित कदमी से नहीं अली खत्म नहीं किया मैं तुम्हें आस पास है ना शादी करने की बात हां नहीं शादी थी मतलब ना रीमा का हमेशा इमेज अच्छा बना था इमेज अच्छा बना था हमेशा हर चीज में आउटस्टैंडिंग रहा है जी मीरा जी अच्छी खासी अच्छी नहीं है लेकिन लेकिन बात एक्टिंग की हो रही है बात एक्टिंग की अच्छा हंसी भी एक्टिंग कर रहे हैं ठीक है अच्छा अरे तड़ा की सवाल है उनके दिन लो जी इमरान अगर कभी वक्त मिल जाए रिलैक्स करने का तो तुसी उस वक्त दे विच की करते हो मूवी देखते हो म्यूजिक सुनते हो या किसी कुड़ी दे नाल लॉन्ग ड्राइव पे निकल जाते हो सच दसा सच 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 यार मैं ਜਦੋਂ ਵੀ ਟਾਈਮ ਮਿਲਦਾ ਹੈ ਮੈਂ ਸਿਰਫ ਆਪਣੀ ਵਾਲਦਾ ਨਾਲ ਬੈਠ ਕੇ ਗੱਲਾਂ ਕਰਦਾ ਬਸ ਇੱਥੇ ਹੁਣ ਜਵਾਬ ਇਸ ਤੋਂ ਬੜਾ ਕੋਈ ਨਹੀਂ ਯਾਰ ਇਹ ਤੇ ਸੱਚ ਹੈ ਅਜ਼ੀਮ ਆਦਮੀ ਹੋ ਗਿਆ ਇਹ ਤਾਂ ਕੀ ਬਾਤ ਹੈ ਉਹ ਮੈਨੂੰ ਪਤਾ ਸੀ ਕਮਾਲ ਦਾ ਜਵਾਬ ਦਿੱਤਾ ਔਰ ਇਹ ਜਵਾਬ ਹੁਣ ਬਣਦਾ ਹੈ ਤੁਹਾਡਾ ਬਿਲਕੁਲ ਇਸ ਤੋਂ ਕੋਈ ਸ਼ੱਕ ਨਹੀਂ ਹੋਣਾ ਇਸ ਮੇਂ ਵੀ ਝੂਠ ਕੀ ਬਾਤ ਹੈ ਅੱਛਾ ਜੀ ਸਨਾ ਜੀ ਜੈਰੀ ਕੋਲ ਮੈਂ ਬਾਅਦ ਚ ਬੜਾ ਤਲਖ ਪੁੱਛਾਂਗਾ ਹਾਂ ਮੈਂ ਸੋ ਤਲਖ ਹਾਏ ਮਜ਼ਾ ਆਏਗਾ ਅੱਛਾ ਕੋਈ ਫਿਲਮ ਹੋਵੇ ਤੁਹਾਡੀ ਫਿਲਮ ਮੇਨ ਤੁਸੀਂ ਆਪਣਾ ਪੰਜਾਬੀ ਫਿਲਮ ਦੀ ਹਾਲੀ ਕੋਈ ਨਹੀਂ ਕੀਤੀ करेंगे इंशाल्लाह पंजाबी फिल्म की
अपना हीरो चूज करो तीन ऑप्शन ने ਤੁਸੀਂ ਕਿਹਨੂੰ ਲਵੋਗੇ ਮੇਰੇ ਕੋਲ ਜਿਹੜੇ ਨੇ ਮੋਮੀ ਹਾਂ ਹਾਂ ਉਮਰਾਨਾ ਹਾਂ ਹਾਂ ਸ਼ਾਨ ਯਾ ਰੈਂਬੋ ਅੱਛਾ ਤਿੰਨਾਂ ਦੇ ਇਲਾਵਾ ਨਹੀਂ ਗੱਲ ਕਰ ਸਕਦੀ ਮੈਂ ਤਿੰਨਾਂ ਦੇ ਇਲਾਵਾ ਆਪ ਕੋ ਜੋ ਫਜ਼ਲ ਬੋਲ ਰਿਹਾ ਜਰਾਰ ਸਾਹਿਬ ਨੂੰ ਹੀਰੋ ਲੈਣਾ ਆਪਣਾ ਨਹੀਂ ਨਹੀਂ ਜੋ ਆਪ ਗੱਲ ਕਰ ਰਹੇ ਯਾਰ ਮੈਂ ਪਤਾ ਕੀ ਬਾਬਰ ਤੋਂ ਪਹਿਲੇ ਹੀ ਇਹ ਜੋ ਪਸੰਦ ਹੋ ਚੁੱਕੇ ਮੇਰੇ ਖਿਆਲ ਚ ਕਿ ਜਰਾਰ ਸਾਹਿਬ ਬਾਬਰ ਸਾਹਿਬ ਦੇ ਨਾਲ ਮੈਂ ਕੰਮ ਕਰਦੇ ਮੇਰੀ ਮਾਂ ਦੀ ਖਾਈ ਜੀ ਤੋ ਆਪ ਕੀ ਗੱਲ ਮੈਂ ਆਪਸ਼ਨ ਦਾ ਹਿੱਸਾ ਨਹੀਂ ਹਾਂ ਆਪਸ਼ਨ ਦਾ ਹਿੱਸਾ ਨਹੀਂ ਹੈਗੇ ਤੇ ਸ਼ਾਨ ਸ਼ਾਨ ਦੇ ਨਾਲ ਕੰਮ ਕਰ ਚਲੋ ਠੀਕ ਹੈ ਜੀ ਲੋ ਜੀ ਜੈਰੀ ਅਗਰ ਤੁਹਾਨੂੰ ਵਿਆਹ ਦੀ ਆਫਰ ਹੋ ਹੀ ਜਾਵੇ ਚਲੋ ਸ਼ੁਕਰ ਹੈ ਮੇਰਾ ਸਵਾਲ ਇਹ ਕਰਨ ਲੱਗੇ ਨੇ ਦੇ ਤੁਸੀਂ ਇਹਨਾਂ ਤਿੰਨਾਂ ਦੇ ਵਿੱਚੋਂ ਕਿੰਦੇ ਨਾਲ ਵਿਆਹ ਕਰਨ ਦੇ ਫਟਾਫਟ ਰਾਜ਼ੀ ਹੋ ਜਾਓਗੇ ਲੈਲਾ ਨਾਲ ਮੀਰਾ ਜਾਂ ਫਿਰ ਵੀਨਾ ਮਲਿਕ ਮੈਂ ਕਿਸੇ ਦੇ ਰਾਜ਼ੀ ਨਹੀਂ ਹੋਣਾ ਪਏਗਾ ਸ਼ੁਕਰ ਹੈ ਮੇਰਾ ਭਰਾ ਸੁਰਖ ਪਾਗਲ ਹੋ ਜਾਊਗਾ ਮੈਂ ਘਰ ਵੀ ਜਾਣਾ ਹੈ ਕਿਆ 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 ਇੰਤਜ਼ਾਰ ਕਰੀ ਇੰਤਜ਼ਾਰ ਜ਼ਿਆਦਾ ਕਰਕੇ ਪਾਗਲ ਨਹੀਂ ਹੋਣਾ ਮੈਂ हमने तो जिनसे वादा किया था उसके साथ नहीं कर रहे इनमें से जो है इनमें से एक ऐसी है जिनसे वादा था उनसे नहीं किया आज तक हमने अब क्या करेंगे ये बहुत बड़ी बात है वादे आपने तोड़ना निभाए वादे का जो वो वादा है क्या जो वफा ना कर सके तो काजी आए हुए थे जब नहीं किए तो आप क्या करेंगे किसी से इनमें से फिर काजी बुला देने एड्डी केड़ी गल है चलो बता लेते हैं एक मजाक के हवाले नाल गल हो रही है इमरान मैं बात करना चाहूंगा कि एक ऐसा टॉपिक जेड़ा दौरान गुफ्तगु भी होया तारी हमशीरा के हवाले नाल माशाल्लाह एयरफोर्स एड्डी वड्डी मकाम पे पोस्ट और कट करके असी तुहाडे वल आना तुहाडा शौक एयरफोर्स वल या आर्मी वल नहीं गया तुसी सीधा शो बिजनेस अच्छा शोबिस से मैं वैसे एक्सीडेंटली आया मैं एक्चुअली जिते मैं मेरा कॉलेज से मोनालिजा एक्चुअली मेरी क्लास फेलो सी और उन्होंने मतलब फैमिली टर्म्स भी सन और मतलब आई यूज टू कॉल हर मोना आपी तो वो बस उन्होंने वजह तो मैं इस फील्ड से मतलब इंट्रोड्यूस हो गया बाकी स्टडीज़ की गल है तो स्टडीज़ मैं हूँ भी अपनी मतलब कंप्लीट की थी बहुत अच्छी गल और अगर मैं इस फील्ड से ना आता तो डेफिनेटली मैं एयरफोर्स या आर्मी होंगे और मैं मेरे ख्याल ट्राई भी किया प्राइवेट फ्लाइंग कोर्स तक मतलब कोशिश की थी लेकिन मेरे मतलब ये कन्ना का थोड़ा प्रॉब्लम सी कि हाइट मेरे कन्न बन नहीं वो बहुत ही प्रॉपर एक ट्रेनिंग होती और उस बड़ा इस तरह नहीं वो पास कर दी अच्छा। सारे प्रोसीजर क्लियर करने पड़े आज अखबार पढ़ रहा था उसमें मोनालिसा ने वो इंडिया के कोई पंडित थे उन्होंने उसका नाम चेंज करके सारा लोलिन पता नहीं किस टाइप का नाम रख दिया किस नाम सब तरक्की नहीं कर सकते तो नाम चेंज कर दो उसने नाम चेंज कर लिया इंडिया मैं इस तरह की जो गल सुनना ना जरार भाई तो मैं मैं इस गलते हाली मैं कन्फर्मेशन नहीं है कि मैं जो जिस सीट पर बैठा अगर मैं कोई गल कराँगा किसी के हवाले से मेरे को सारी मैं समझना कि मेरी जिस सीट पर मैं बैठा या जिंदगी बैठे ने साढ़े को इन्फॉर्मेशन होएगी तो अभी वो कोट करेंगे बहरहाल मेरे को एक इन्फॉर्मेशन जी है वो मैं कराँगा कि इंडिया के एक्टर जड़े ने इरफान खान उन्होंने अपना नाम चेंज किया जिससे बहुत ज़्यादा कंट्रोवर्शियल और बहुत सी गल्ला आ रही है मैं नहीं समझता किसी भी ऐसे इंसान को अपना नाम अगर वो मुसलमान है इसलिए चेंज करना कर रहे हैं कि वो उसके नाल मुसलमान या ऐसा कोई चीज़ जेस्चर आ रहा है जिससे वो मुसलमान है मैं समझना ये 22 मुसलमान होना एक बहुत बड़ी ब्लैसिंग है अल्लाह की तरफों और फिर उस ब्लैसिंग तो बाद जो नाम मां प्यो ने सा रखे दीन इस्लाम के तहत वो एक बाइस फखर है और नाम ही पहचान है कलमा पढ़ने लियो अल्लाह के मनने लियो इस तो ज्यादा फखर है थोड़ा सी ब्रेक तो जाने थी ब्रेक तो बाद असी दोबारा थोड़ी खिदमत आने प्लीज टेक अ ब्रेक वेलकम बैक नाज़रीन असी ब्रेक तो वापस आ गए हैं और साडे नाल तीनों मेहमान मौजूद ने और आखिरी सैगमेंट नूं कहंदे ने एक्ट ऑफ द डे एक्टिंग करवानी है हुण जरार भाई तुहानू भी करानी है सना जी ने भी करानी है और इमरान खान साहब ने भी करानी है अच्छा स्टार्ट तो होने है अपना सना तो स्टार्ट अच्छा सना कोई हो जाए फिर डायलॉग अच्छा तुसी दस इन्हां नू तुसी खरी खरी सुनानी ने हाय ए ओही ने जिन्होंने तुहानू कहा था जी के बड़े बोल्ड किस्म दे कपड़े पाने ने तुसी 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 कहा जी मैं गाना ते करना है पाकिस्तानी कुड़ी दे हिसाब नाल इंडियन कुड़ी दे हिसाब नाल ही तुसी तैयार हो जाओ हां जी एक्शन
ਐਕਸਕਿਊਜ਼ ਮੀ ਸਰ ਜੀ ਇਹ ਡਰੈਸ ਜਿਹੜੇ ਨੇ ਤੁਸੀਂ ਭਿਜਵਾਏ ਨੇ ਖੁਦਾ ਨਾ ਕਰੇ ਤਾਂ ਬੁਟੀਕ ਵਾਲਾ ਨੇ ਭਿਜਵਾਏ ਸਰ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਇਹ ਡਰੈਸਿੰਗ ਆਪਨੇ ਭਿਜਵਾਈ ਔਰ ਆਪਕੀ ਡਿਮਾਂਡ ਹੈ ਕਿ ਮੈਂ ਜੋ ਵਹਾਂ ਇੰਡੀਆ ਮੇਂ ਸਭ ਕੁਝ ਆਈਟਮ ਸੌਂਗਸ ਟਾਈਪ ਕਰ ਰਹੇ ਹਾਂ ਡਰੈਸਿੰਗ ਪਹਿਨ ਕਰ ਤਾਂ ਮੈਂ ਵੋ ਕਰੂੰ ਨਹੀਂ ਨਹੀਂ ਮੈਂ ਐਸਾ ਕੰਮ ਨਹੀਂ ਕਰਤਾ ਮੈਂ ਇੰਡੀਆ ਵਾਲੇ ਕੋਈ ਡਰੈਸ ਬਣਾਤਾ ਆਪਣੇ ਮੁਲਕ ਦੇ ਡਰੈਸ ਨੂੰ ਆਉਂਗੇ ਪਰ ਅਗਰ ਐਸੀ ਬਾਤ ਹੈ ਤਾਂ ਆਪ ਉਸ ਡਰੈਸ ਮਾਸਟਰ ਕੋ ਬੁਲਾਏ ਔਰ ਉਸਕੋ ਡਾਂਟੇ ਉਸਕੀ ਜੁਰਤ ਕੈਸੀ ਹੋਗੀ ਉਸਨੂੰ ਇਸ ਤਰ੍ਹਾਂ ਕੀ ਡਰੈਸ ਦੀ ਕੋਈ ਡਾਇਰੈਕਟਰ ਦੇ ਖਿਲਾਫ ਕੋਈ ਲੜਾਈ ਕਰਦਾ ਤਾਂ ਦਰਅਸਲ ਇਹ ਕੋਈ ਲੜਾਈ ਗਲਤ ਗਲਤ ਡਾਇਰੈਕਟਰ ਕੀ ਫਿਲਮ ਇਧਰ ਆ ਗਈ ਇਹ ਤਾਂ ਬੜਾ ਇਹ ਤਾਂ ਬੜਾ ਅੱਛਾ ਵਤਨ ਹੈ ਇਹ ਤਾਂ ਮੁਲਕ ਦੇ ਉੱਪਰ ਇਹ ਤਾਂ ਮੋਬਾਈਲ ਵਤਨ ਹੈ ਲੇਕਿਨ ਇਹਨਾਂ ਨੇ ਉਸ ਡਾਇਰੈਕਟਰ ਕੀ ਐਕਟਿੰਗ ਕਰਨੀ ਹੈ ਨਾ ਜਿਸ ਤਰ੍ਹਾਂ ਕਿ ਕਾਮ ਕਰਦੇ ਹੈ ਆਪ ਨੇ ਐਕਟਿੰਗ ਕਰਨੀ ਹੈ ਪਾਸ ਹੋ ਚੁੱਕੀ ਹੈ ਪਾਸ ਹੋ ਗਈ ਇਮਰਾਨ ਖਾਨ ਦੀ ਵਾਰੀ ਆਤੀ ਹੈ ਇਮਰਾਨ ਜੀ ਕੋਈ ਐਸਾ ਜੁਮਲਾ ਹੋ ਜਾ ਜੋ ਕਾਫੀ ਅਰਸੇ ਸੇ ਦਿਲ ਕੋ ਲਗਾਓ ਸੱਚੀ ਮੈਂ ਹਾਂ ਜਰਾ ਸਾ ਪਲੀਜ਼ ਕੰਮ ਕਰਦੇ ਹਾਂ ਮੈਂ ਤਾਂ ਕਾਹ ਦੇ ਰਿਹਾ ਹਾਂ ਯਾਰ ਮੈਂ ਪਹਿਲੇ ਸੇ ਕਹਿ ਚੁੱਕਾ ਹਾਂ ਇਹ ਤਾਂ ਪ੍ਰੋਗਰਾਮ ਮੈਂ ਉਹਨਾਂ ਨੂੰ ਕਹਿ ਦਿੱਤਾ ਇਹ ਤਾਂ ਆਪ ਕੋ ਦੇਣਾ ਹੀ ਪੜੇਗਾ ਨਹੀਂ ਅੱਛਾ ਪਹਿਲੇ ਵੀ ਦੇ ਪਹਿਲੇ ਮੈਂ ਇਮਰਾਨ ਸੇ ਕੋਈ ਸ਼ੇਰ ਸੁਣ ਲੂ ਅੱਛਾ ਕੋਈ ਸ਼ੇਰ ਸੁਣਾ ਦੋ ਕੋਈ ਐਸਾ ਕੋਈ ਐਸੀ ਪੰਜਾਬੀ ਕਹੋ ਉਰਦੂ ਕਹੋ ਕੋਈ ਵੀ ਤੁਹਾਨੂੰ ਮੈਂ ਪਾਬੰਦੀ ਨਹੀਂ ਪਾਣਾ ਐਕਟਿੰਗ ਦੇ ਤੁਸੀਂ ਕਰਦੀ ਨਾਲ ਹੁਣ ਸ਼ੇਰ ਵੀ ਹੋ ਜਾਏ ਕੋਈ ਕੋਈ ਯਾਦ ਨਹੀਂ ਆ ਰਿਹਾ ਕੋਈ ਮਾਂ ਦੇ ਬਾਰੇ ਕਰੋਗੇ ਸ਼ੇਰ ਹੀ ਨਾਰਾਜ਼ ਹੋ ਜਾਏਗਾ ਨਹੀਂ ਨਹੀਂ ਹਾਂ ਉਹ ਹੀ ਨਾ ਕਿਉਂਕਿ ਜਰਾਰ ਬਾਈ ਤੇ ਜਦੋਂ ਜਿੱਥੇ ਵੀ ਬੈਠੇ ਹੁੰਦੇ ਨਾ ਉੱਥੇ ਫਿਰ ਕੋਈ ਨਾ ਕੋਈ ਖੂਬਸੂਰਤ ਗੱਲਾਂ ਹੋ ਹੀ ਜਾਂਦੀਆਂ ਨੇ ਸਾਰੇ ਐਕਟਰ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਨੇ ਤੁਹਾਡੀ ਕਦਰ ਕਰਦੇ ਨੇ ਥੈਂਕ ਯੂ ਬੜੇ ਮੱਚ ਸਭ ਤੇ ਜਰਾਰ ਬਾਈ ਅਗਰ ਤੁਹਾਡੇ ਹਵਾਲੇ ਨਾਲ ਮੈਂ ਗੱਲ ਕਰਾਂ ਤੇ ਤੁਸੀਂ ਮਾਸ਼ਾਅੱਲਾ ਕਿੰਨਾ ਅਰਸੇ ਤੋਂ ਕੰਮ ਕਰ ਰਹੇ ਹੋ ਤੇ ਤੁਸੀਂ ਐਕਟਿੰਗ ਕਰਦੇ ਨਜ਼ਰ ਨਹੀਂ ਆਏ ਕਦੀ ਮੈਂ ਤਾਂ 8 ਸਾਲ ਦੀ ਉਮਰ ਸੇ ਇਹ ਸਭ ਕੁਝ ਦੇਖ ਰਹਾ ਹਾਂ ਆਏ ਬਾਕਰ ਰਿਜ਼ਵੀ ਸਾਹਿਬ ਨੇ ਜੋ ਸਿਖਾਇਆ ਹਾਂ ਬਜਾਈ ਬਾਤ ਫਿਰ ਸਭੀ ਭਾਬੀ ਸੰਤੋਸ਼ ਕਿਆ ਹੈ ਉਨਕੀ ਜੈਸੇ ਗੋਦੋਂ ਮੇਂ ਪਲ ਕੇ ਜਵਾਨ ਹੋ ਗਏ ਸਟੇਜ ਸਟੂਡੀਓ ਕਰਾਚੀ ਸੇ ਤੇ ਕੋਈ ਐਸੀ ਬਾਤ ਜੋ ਆਪਕੇ ਦਿਲ ਕੋ ਲਗੀ ਹੋ ਕੋਈ ਐਸੀ ਬਾਤ ਸੁਣਾਏ ਕੋਈ ਕੋਈ ਸ਼ੇਅਰ ਕੇ ਜ਼ਰੀਏ ਹੋ ਜਾਏ ਐਸੀ ਬਾਤ ਹੋਏ ਐਕਟ ਆਫ ਦ ਡੇ ਕੀ ਨਜ਼ਰ ਹੋ ਜਾਏ ਹਾਂ ਸ਼ੇਅਰ ਮੇਂ ਸਾਰੇ ਲੋਗੋਂ ਕੋ ਇੱਕ ਮੈਸੇਜ ਚਲਾ ਜਾਏਗਾ ਬਿਲਕੁਲ ਸਾਰੀ ਦੁਨੀਆ ਕੀ ਨਜ਼ਰ ਹੈ ਮੇਰੇ ਦਾਮਾ ਕੀ ਤਰਫ ਸਾਰੀ ਦੁਨੀਆ ਕੀ ਨਜ਼ਰ ਹੈ ਮੇਰੇ ਦਾਮਾ ਕੀ ਤਰਫ ਕੋਈ ਦੇਖਤਾ ਨਹੀਂ ਆਪਣੇ ਗਿਰੇਬਾਂ ਕੀ ਤਰਫ ਕੋਈ ਦੇਖ ਹਰ ਸ਼ਬਦ ਦੂਸਰੇ ਪਰ ਇਲਜ਼ਾਮ ਲਗਾ ਰਿਹਾ ਮਗਰ ਆਪਣੇ ਨਹੀਂ ਦੇਖਤਾ ਕਿ ਉਹ ਦੇਖਤਾ ਨਹੀਂ ਆਪਣੇ ਗਿਰੇਬਾਂ ਕੀ ਤਰਫ ਗਿਰੇਬਾਂ ਕੀ ਤਰਫ ਅੱਜ ਕੱਲ ਅੱਜ ਦੌਰ ਵੀ ਆ ਗਿਆ ਨਾ ਸੀ ਦੂਜੇ ਤੇ ਕੀਚੜੋ ਚੱਲ ਰਹੇ ਹਾਂ ਲੇਕਿਨ ਆਪਣੇ ਆਪ ਨੂੰ ਨਹੀਂ ਦੇਖਦੇ ਪਏ ਕਿ ਅਸੀਂ ਆਹ ਹੋ ਗਿਆ ਲੋਕੋ ਸੇ ਵੀ ਕਹਿ ਸਕਤੇ ਹੈ ਐਸੇ ਲੋਗੋ ਸੇ ਕਿਆ ਗਿਲਾ ਕੀਜੀਏ ਜਿਨ ਕੀ ਨੀਅਤ ਕਾ ਇਤਬਾਰ ਨਹੀਂ ਇਹ ਵੀ ਝੁੱਕ ਕੇ ਸਲਾਮ ਕਰਤੇ ਹੈ ਕਿਆ ਕਰੇ ਬਖਸਾਜ਼ਗਾਰ ਨੇ ਅੱਛਾ ਤੁਹਾਡੇ ਤੇ ਇਹ ਵੀ ਇਲਜ਼ਾਮ ਹੈ ਕਿ ਬੜੇ ਜਿਹੜੇ ਕੁੜੀਆਂ ਦੇ ਮਾਰ ਤੇ ਬਹੁਤ ਸਾਰੇ ਨੇ ਜਿਹੜੇ ਝਗੜੇ ਹੋ ਰਹੇ ਹੁੰਦੇ ਨੇ ਉੱਥੇ ਅਕਸਰ ਤੁਸੀਂ ਪਾਏ ਜਾਂਦੇ ਹੋ ਆਪਣੇ ਬੱਚਿਆਂ ਦੀ ਮਾਸ਼ਾਅੱਲਾ ਵਿੱਚ ਸ਼ਾਦੀਆਂ ਹੋਈਆਂ ਜਰਾਰ ਸਾਹਿਬ ਜੀ ਆਪਣੇ ਖਾਸ ਸਾਹਿਬ ਤੁਸੀਂ ਇਮਰਾਨ ਜਾਣਦੇ ਹੋ ਗਏ ਕਿ ਦਰਾਰ ਸਾਹਿਬ ਨੂੰ ਬੜਾ ਕ੍ਰੈਡਿਟ ਜਾਂਦਾ ਹੈ ਜਿਹਨਾਂ ਆਰਟਿਸਟਾਂ ਨੂੰ ਮੈਂ ਇਸ ਲਈ ਮੈਂ ਥੋੜ੍ਹਾ ਸਾ ਇਸ ਲਈ ਦੱਸ ਰਿਹਾ ਕਿ ਜਰਾਰ ਭਾਈ ਨੇ ਕਿਹਨੂੰ ਕਿਹਨੂੰ ਇੰਟਰੋਡਿਊਸ ਕੀਤਾ ਉਹ ਵੀ ਨਾਮ ਵੀ ਤਾਂ ਵੇਖੋ ਨਾ ਅਗਰ ਮੈਂ ਐਸਨ ਖਾਨ ਦਾ ਨਾਮ ਲਵਾਂ ਬਿਲਕੁਲ ਲੈਲਾ ਦਾ ਨਾਮ ਲਵਾਂ ਹਨਾਨ ਮੀਰਾ ਮੀਰਾ ਲੈਲਾ ਸਾਹਿਬਾ ਮਦੀਆ ਸ਼ਾਹ ਨਰਗਿਸ ਗੋਰੀ ਸ਼ਾਦਾ ਮਿੰਨੀ ਸੋਨੀਆ ਸਿਤਾਰਾ ਕਮਲ ਸਿਮੀ ਜ਼ੈਦੀ ਬਹੁਤ ਹੈ ਨਾਮ ਇਤਨੇ ਜ਼ਿਆਦਾ ਨਾਮ ਨਿਸ਼ਾ ਨਿਸ਼ਾ ਸਜਨਾ ਰਮੀਆ ਰਿਜਾਰੀਆ ਮੈਂ ਵੀ ਕੁਛ ਦਿਨ ਪਹਿਲੇ ਜਰਾਰ ਸਾਹਿਬ ਸੇ ਪੁੱਛਿਆ ਕਿ ਆਪਕੋ ਇੱਕ ਜਗ੍ਹਾ ਸੇ ਇਨਵਿਟੇਸ਼ਨ ਆਇਆ ਕਿ ਇੱਕ ਨਈ ਮਤਲਬ ਲਾਂਚਿੰਗ ਹੋ ਰਹੀ ਹੈ ਬੁਟੀਕ ਕੀ ਪਤਾ ਨਹੀਂ ਆਈ ਡੋਂਟ ਨੋ ਬੁਟੀਕ ਕੋਈ ਐਮ ਆਰ ਮੋਰ ਪੇਸ਼ਤ ਖੁੱਲ ਗਈ ਜਰਾਰ ਸਾਹਿਬ ਨੇ ਕਹਾ ਨਹੀਂ ਮੇਰੇ ਜਰਾਰ ਸਾਹਿਬ ਕਿਤਨੇ ਅਫਸੋਸ ਕੀ ਬਾਤ ਹੈ ਕਿ ਜਿਸ ਇਨਸਾਨ ਕੋ ਆਪ ਇਸ ਮੈਂ ਸਮਝ ਗਿਆ ਮੈਂ ਨਾਮ ਅੱਛਾ ਨਹੀਂ ਲੱਗਿਆ ਉਹ ਮੈਂ ਸਭ ਸਮਝ ਗਿਆ ਲੇਕਿਨ ਉਹ ਜ਼ਰਫ ਕੀ ਬਾਤ ਹੈ ਕਿਸੇ ਕੀ ਪੂਰਾ ਕਹਿ ਬਾਤ ਇਹ ਹੈ ਆਪਣਾ ਨੇਚਰ ਇਨਸਾਨ ਕਾ ਉਹ ਆਪਣਾ ਜ਼ਰਫ ਦਿਖਾ ਰਹੇ ਹਨ ਔਰ ਇਹ ਅੱਜ ਵੀ ਅੱਛਾ ਮੇਰਾ ਇਹ ਵੀ ਮਾਨ ਹੈ ਕਿ ਅੱਜ ਵੀ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਫਿਰ ਵੀ ਉਹਦਾ ਪੋਲੀ ਕੋਥੇ ਪਹੁੰਚੇ ਹੁੰਦੇ ਨੇ ਇਨਕਾ ਬੜਾ ਫਨ ਹੈ ਤਾਂ ਹਮਾਰਾ ਕੰਮ ਹੋ ਗਿਆ ਕਾਉਂਟ ਵੀ ਫਤਾ ਦਿਆ ਮੈਂ ਅਬ ਮੈਂ ਸਨਾ ਸੇ ਪੁੱਛਤਾ ਹੂੰ ਸਨਾ ਹੁਣ ਆਣੇ ਵਾਲੇ ਵਕਤਾਂ ਜੈਸੀ ਕੀ ਉਮੀਦ ਰੱਖੀ ਕਿ ਕਿਹੜੇ ਕਿਹੜੇ ਪ੍ਰੋਜੈਕਟ ਤੁਸੀਂ ਅੱਛੇ ਕਰ ਰਹੇ ਹੋ ਕੋਈ ਟੀਵੀ ਸੀਰੀਅਲ ਐਸਾ ਜਾਂ ਕੋਈ ਐਸਾ ਕੰਮ ਆ ਰਿਹਾ ਜਿਹਨੂੰ ਕਹਿੰਦੇ ਨੇ ਕੰਮ ਬਿਲਕੁਲ ਬਿਲਕੁਲ ਐਗਜੈਕਟਲੀ ਕੰਮ ਮੈਂ ਫੈਸਲ ਬੁਖਾਰੀ ਸਾਹਿਬ ਦੇ ਦੋ ਸੋਫ ਨੇ ਉਹ ਕਰ ਰਹੀ ਹਾਂ ਇੱਕ ਸੀਰੀਅਲ ਹੈ
ਤੇ ਉਹਦੇ ਇਲਾਵਾ ਪਹਿਲੇ ਮੈਂ ਕਿਹਾ ਸੀ ਕਿ ਮੈਂ ਫਿਲਮਾਂ 'ਚ ਕੰਮ ਨਹੀਂ ਕਰਾਂਗੀ, ਦੋ ਤਿੰਨ ਜਿਹੜੇ ਮੇਰੇ ਐਕਸਪੈਰੀਮੈਂਟਸ ਹੋਏ ਨੇ। ਪਰ ਹੁਣ ਜਦੋਂ ਮੈਂ ਰਿਜ਼ਵੀ ਸਾਹਿਬ ਦੇ ਨਾਲ ਮਿਲੀ ਹਾਂ, ਇਹਨਾਂ ਨੇ ਮੈਨੂੰ ਕਿਹਾ ਕਿ ਸਕ੍ਰਿਪਟ ਪੜ੍ਹ ਕੇ ਤੂੰ ਵੇਖੀ ਕਿ ਮੈਂ ਕਿਹੋ ਜਿਹਾ ਕੰਮ ਕਰਨਾ, ਤੇ ਫਿਰ ਉਸ ਤੋਂ ਬਾਅਦ ਇਨਸ਼ਾਅੱਲਾ ਮੈਂ ਚੂਜ਼ੀ ਕੰਮ ਕਰਾਂਗੀ, ਲੇਕਿਨ ਅੱਛਾ ਕੰਮ ਕਰਾਂਗੀ। ਅੱਛਾ ਹੀ ਕਰਨਾ ਚਾਹੀਦਾ ਔਰ ਦੇਖਣਾ ਚਾਹੀਦਾ ਕਿ ਅਸੀਂ ਉਸ ਸਕ੍ਰਿਪਟ 'ਚ ਉਸ ਰੋਲ 'ਚ ਅਸੀਂ ਫਿੱਟ ਆ ਵੀ ਰਹੇ ਹਾਂ, ਇਸੀ ਚੀਜ਼ ਦੀ ਵੀ ਫਿਲਮ ਇੰਡਸਟਰੀ ਨੂੰ ਇਮਰਾਨ ਤੁਹਾਡਾ ਕੀ ਇਹ ਕਿ ਤੁਸੀਂ ਹੁਣ ਅੱਗੇ ਫਰਦਰ ਅਸੀਂ ਕੀ ਦੇਖੀਏ ਫੋਰਨ ਤੁਸੀਂ ਜਾਂਬਾਜ਼ ਦੇ ਰੋਲ 'ਚ ਨਜ਼ਰ ਆਓਗੇ ਜਾਂ ਨਹੀਂ? ਜਾਂਬਾਜ਼ ਇਹਨਾਂ ਦਾ ਸਕ੍ਰਿਪਟ ਦਾ ਨਾਮ ਹੈ ਵੈਸੇ, ਕਹਿ ਰਹੇ ਹਾਂ ਕੋਈ ਐਸਾ ਜਾਂਬਾਜ਼ ਰੋਲ ਤੁਸੀਂ ਜਿਹੜਾ ਜਵਾਹਰ ਸਾਹਿਬ ਦੀ ਸਿਗਨੇਚਰ ਹੋ ਗਿਆ ਨਾਜ਼ਰੀਨ, ਆਪ ਜੀ ਯਾਦ ਰੱਖੀਏਗਾ ਇਹ ਬਾਤ। ਔਰ ਦੂਸਰੀ ਬਾਤ ਇਹ ਕਿ ਮੈਂ ਅੱਜ ਕੱਲ੍ਹ ਆਪਣੀ ਪ੍ਰੋਡਕਸ਼ਨ ਕੀ ਵੀ ਕੋਸ਼ਿਸ਼ ਕਰ ਰਹਾ ਹੂੰ, ਔਰ ਸਭ ਪਹਿਲੇ ਮੇਰਾ ਇੱਕ ਬਹੁਤ ਇੱਕ ਜੋ ਮੇਰਾ ਖਵਾਬ ਥਾ ਕਿ ਮੈਂ ਇੱਕ ਸਟੇਜ ਕਰਨਾ ਚਾਹਤਾ ਥਾ ਮੇਰਾ, ਉਸ ਪਰ ਦੋ ਸਾਲ ਸੇ ਮੈਂ ਉਸ ਪਰ ਵਰਕ ਕਰ ਰਹਾ ਹੂੰ। ਠੀਕ ਹੈ, ਔਰ ਇਨਸ਼ਾਅੱਲਾ ਉਹ ਬਹੁਤ ਜਲਦ ਮੈਂ ਉਸ ਕੋ ਮਤਲਬ ਸਟਾਰਟ ਕਰਨੇ ਵਾਲਾ ਹੂੰ। ਤੁਸੀਂ ਪਹਿਲਾ ਕੰਮ ਸਟੇਜ ਹੀ ਕਰੋਗੇ? ਨਹੀਂ ਨਹੀਂ, ਸਟੇਜ ਤਾਂ ਮਤਲਬ ਮੈਂ ਆਪਣੀ ਪ੍ਰੋਡਕਸ਼ਨ ਦਾ ਪਹਿਲਾ ਕੰਮ ਕਰਾਂ। ਬਿਲਕੁਲ, ਪ੍ਰੋਡਕਸ਼ਨ ਦੇ ਵਾਲੇ ਨਾਲ। ਔਰ ਉਸ ਤੋਂ ਇਲਾਵਾ ਇੱਕ ਸਿਟਕੋਮ ਹੈ ਜਿਹੜਾ ਮੈਂ ਕਰ ਰਿਹਾ। ਜੀ, ਬਹੁਤ ਅੱਛੀ ਗੱਲ ਹੈ, ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ। ਤੁਸੀਂ ਇੱਕ ਐਸੇ ਘਰਾਣੇ ਨਾਲ ਤਾਲੁਕ ਰੱਖਦੇ ਹੋ ਕਿ ਪੂਰੇ ਪਾਕਿਸਤਾਨ ਦਾ ਉਹ ਫਖਰ ਨੇ। ਬਿਲਕੁਲ, ਸਾਡੀ ਵੀ ਉਹ ਪੈਣ ਦੀ ਜਗ੍ਹਾ ਨੇ ਔਰ ਏਅਰਫੋਰਸ 'ਚ ਨੇ, ਔਰ ਮੇਰਾ ਇਹ ਦੁਆ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਨਾਮ ਰੋਸ਼ਨ ਕੀਤਾ ਹੈ, ਇਸੇ ਤਰ੍ਹਾਂ ਤੁਸੀਂ ਵੀ ਆਪਣਾ ਨਾਮ ਰੋਸ਼ਨ ਕਰੋ, ਨਾਮ ਰੋਸ਼ਨ ਕਰੋ, ਚੱਕ ਦੋ ਫਟੇ ਇਨਸ਼ਾਅੱਲਾ। ਅੱਲਾ ਦੇ ਤੁਹਾਨੂੰ ਸਾਰਿਆਂ ਨੂੰ ਲੱਗ ਪਤਾ ਜਾਏ। ਹਾਂ ਬਿਲਕੁਲ, ਅੱਲਾ ਬਹੁਤ ਇੱਜ਼ਤ ਦੇਵੇ ਤੁਹਾਨੂੰ। ਜਰਾਰ ਭਾਈ, ਅਸੀਂ ਇਹ ਵੀ ਉਮੀਦ ਕਰਨੇ ਹਾਂ ਕਿ ਤੁਸੀਂ ਇਸ ਤਰ੍ਹਾਂ ਫਿਰ ਬਹੁਤ ਹੀ ਲੋਕਾਂ ਦੀ ਗੱਲਾਂ ਦੇ ਨਾ ਆਏ, ਕਿਸੇ ਦੀ ਨਾ ਸੁਣ ਕੇ ਫਿਰ ਇੱਕ ਬੋਲਡ ਸਟੈਪ ਉਠਾਓ ਔਰ ਅਸੀਂ ਤੁਹਾਡੇ ਪਿੱਛੇ ਸਕ੍ਰਿਪਟ ਸਾਨੂੰ ਦੇ ਦਿਓ ਕਿ ਸਾਨੂੰ ਫਖਰ ਹੋਏ ਆਪਣੀ ਫਿਲਮ ਇੰਡਸਟਰੀ ਤੇ। ਇਸ ਆਵਾਮ ਨੂੰ ਸਕ੍ਰਿਪਟ ਦੀ ਲੋੜ ਹੈ, ਅੱਛੇ ਅੱਛੇ ਸਬਜੈਕਟ, ਇਹਨਾਂ ਦੇ ਸਾਡੇ ਆਪਣੇ ਇਤਨੇ ਇਤਨੇ ਸਾਡੇ ਮਸਲੇ ਮਸਾਇਲ ਨੇ, ਉਹਨਾਂ 'ਤੇ ਬੇਪਨਾਹ ਸਕ੍ਰਿਪਟ ਹੋ ਸਕਦੇ ਨੇ। ਤੁਸੀਂ ਤੁਹਾਡੇ ਸਾਹਮਣੇ ਇਹ ਘਾਟੇ ਮਹਿੰਗਾਈ ਇੱਕ ਬਹੁਤ ਬੜਾ ਸਕ੍ਰਿਪਟ ਹੈ, ਬਿਜਲੀ ਇਹ ਬਿਜਲੀ ਇੱਕ ਬਹੁਤ ਬੜਾ ਸਕ੍ਰਿਪਟ ਜੇ, ਇਹ ਕਰਪਸ਼ਨ ਉਹਦੇ ਤੋਂ ਵੱਡਾ ਇੱਕ ਸਕ੍ਰਿਪਟ ਮਾਸ਼ਾਅੱਲਾ। ਅਤੇ ਮੈਂ ਕਹਿੰਦਾ ਇਹਨਾਂ ਨੂੰ ਮਿਲਦਾ ਜੁਲਦਾ ਕੋਈ ਸਕ੍ਰਿਪਟ ਇਹੋ ਜਿਹਾ ਹੋਵੇ ਜਿਹੜਾ ਆਵਾਮ ਦੇ ਪ੍ਰੋਬਲਮ ਦੀ ਅਕਾਸੀ ਕਰਦਾ ਹੈ। ਇਮਰਾਨ ਸਹੀ ਕਹਿ ਰਿਹਾ, ਸਹੀ ਗੱਲ ਹੈ, ਇਹ ਚੀਜ਼ਾਂ ਅਗਰ ਸਾਹਮਣੇ ਆ ਜਾਣ ਭਾਈ, ਹਮ ਲੋਕ ਬਣਾਏਗੇ ਤਾਂ ਹਮਾਰਾ ਸੈਂਸਰ ਇਨਕੋ ਕੱਟ ਦੇਗਾ, ਕਿਉਂਕਿ ਹਮਾਰੇ ਮੁਲਕ ਮੇਂ ਜਾਂ ਸਿਆਸਤਦਾਨੋਂ ਖਿਲਾਫ ਬਣਾਏ, ਮਿਨਿਸਟਰੋਂ ਖਿਲਾਫ ਬਣਾਏ, ਕਿਸੇ ਖਿਲਾਫ ਬਣਾਏ ਤਾਂ ਫੌਰਨ ਉਹ ਜਾਸਾ ਆਵਾਜ਼ ਉਠਾਏ। ਇੰਡੀਆ ਮੇਂ ਬਣਤੀ ਉਹ ਨਹੀਂ ਕੱਟਤੇ, ਉਨਕੇ ਮਿਨਿਸਟਰੋਂ ਕੇ ਖਿਲਾਫ ਬਾਤੇਂ ਕਰਤੇ ਹੈਂ, ਗਾਲੀਆਂ ਦੇਤੇ ਹੈਂ, ਉਹ ਲੋਕ ਸੱਚ ਕੋ ਕਬੂਲ ਕਰਤੇ ਹੈਂ, ਹਮ ਲੋਗ ਨਹੀਂ ਸੱਚ ਕੋ ਪਤਾ। ਅਸੀਂ ਗਾਲੀਆਂ ਨਹੀਂ ਦੇਵਾਂਗੇ, ਅਸੀਂ ਸਬਕ ਮੋਸ ਗੱਲਾਂ ਕਰਾਂਗੇ ਇਨਸ਼ਾਅੱਲਾ। ਬਿਲਕੁਲ, ਔਰ ਸਾਡੇ ਕੋਲ ਕੰਟੈਂਟ ਔਰ ਅੱਛਾ ਵਰਕ ਹੋਏਗਾ। ਬੜਾ ਤੁਸੀਂ ਸਾਰਿਆਂ ਨੇ ਆਪਣਾ ਵਕਤ ਕੱਢਿਆ, ਤਸ਼ਰੀਫ ਲਿਆਏ, ਜਰਾਰ ਰਿਜ਼ਵੀ ਭਾਈ ਆਪਕਾ, ਇਮਰਾਨ ਖਾਨ ਆਪਕਾ, ਆਪ ਸਭ ਕੋ ਅੱਲਾ ਬਹੁਤ ਇੱਜ਼ਤ ਦੇ। ਮਕਸਦ ਸਿਰਫ ਇਹ ਥਾ ਕਿ ਆਪਕੋ ਆਪਣੇ ਬਹੁਤ ਨਾਮ ਬਣਾਏ ਇਸ ਮਾਰਨਿੰਗ ਸ਼ੋਅ 'ਚ, ਤੁਸੀਂ ਆਓ ਆਪਣਾ ਸੁਬਹ ਸੁਬਹ ਆਏ, ਤੁਸੀਂ ਸਾਰਿਆਂ ਨੇ ਆਪਣੇ ਆਪਣੇ ਵਿਊਜ਼ ਸ਼ੇਅਰ ਕੀਤੇ ਔਰ ਆਪਣੀ ਆਪਣੀ ਗੱਲਾਂ ਦੱਸੀਆਂ ਔਰ ਥੈਂਕ ਯੂ ਵੈਰੀ ਮੱਚ। ਜੋ ਜਿੱਥੇ ਜਿੱਥੇ ਵੀ ਅੱਲਾ ਤਾਲਾ ਸਾਰਿਆਂ ਨੂੰ ਬਹੁਤ ਇੱਜ਼ਤ ਦੇਵੇ, ਸਾਡੀ ਤਰਫੋਂ ਤੁਹਾਡੇ ਨਾਲ ਜਾਏ। ਮੈਂ ਕਿਹਾ ਇਹ ਚੈਨਲ ਤਾਂ ਸਾਡਾ ਆਪਣਾ ਹੈ, ਇਹ ਜਰਾਰ ਭਾਈ ਕੇ ਲਈ ਆਪਣਾ ਹੈ ਨਾ, ਸਾਡਾ ਫੁੱਲ ਹੈ, ਔਰ ਇਹ ਇਮਰਾਨ ਅੱਗੇ ਕਰਕੇ ਇਮਰਾਨ ਖਾਨ ਦਾ, ਹਾਏ ਹਾਏ ਹਾਏ, ਇਹ ਇਮਰਾਨ ਖਾਨ ਆਪਕੇ ਸਾਥ ਜਾਏਗਾ। ਵਾਹ 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 ਵਾਹ, ਮੇਰੇ ਵੀ ਇਸ ਗੱਲ ਨਹੀਂ, ਨਹੀਂ ਮੈਂ ਇਸ ਗੱਲ ਨਹੀਂ ਆ ਸਕਦੀ। ਦੇਖੋ ਜੀ ਉਹ ਯਾਰ ਬੜਾ ਹੈ ਨਾ, ਦੋ ਜਿਹੜਾ ਨਾ ਕਾਫੀ ਲੰਬਾ, ਤੇ ਮੈਂ ਇਹਨਾਂ ਦੇ ਆ ਜਾ ਰਹੇ ਨਾ, ਤੇ ਇਹ ਹੱਥ ਲਵਾ ਕੇ ਕਿ ਸਾਡੇ ਦੋ ਹੱਥ ਲੱਗੇ ਨਾ। ਥੈਂਕ ਯੂ ਵੈਰੀ ਮੱਚ ਆਪ ਕੋ, ਬਹੁਤ ਸ਼ੁਕਰੀਆ। ਲੋ ਨਾਜ਼ਰੀਨ, ਹੁਣ ਸਾਡੇ ਪ੍ਰੋਗਰਾਮ ਦਾ ਵਕਤ ਖਤਮ ਹੋਦਾ, ਕੱਲ ਇਨਸ਼ਾਅੱਲਾ ਤਾਲਾ ਇੱਕ ਨਵੇਂ ਪ੍ਰੋਗਰਾਮ, ਇੱਕ ਨਵੇਂ ਮਹਿਮਾਨ, ਇੱਕ ਨਵੇਂ ਰੰਗ, ਇੱਕ ਨਵੇਂ ਉਮੰਗ, ਤੇ ਬਹੁਤ ਹੀ ਸੋਹਣੇ ਨਵੇਂ ਮਹਿਮਾਨ ਦੇ ਨਾਲ ਤੁਹਾਡੇ ਸਾਰਿਆਂ ਦੀ ਖਿਦਮਤ 'ਚ ਅਸੀਂ ਦੁਬਾਰਾ ਹਾਜ਼ਰ ਹੋਵਾਂਗੇ। ਵੇਖਦੇ ਰਹੋ ਮਾਰਨਿੰਗ ਵਿਦ ਬਾਬਰ ਅਲੀ, ਰੱਬ ਰੱਖਾ, ਖੁਦਾ ਹਾਫਿਜ਼।